ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਔਰ ਮੇਰੇ ਨਾਲ ਮੌਜੂਦ ਨੇ ਸਾਥੀ ਪੱਤਰਕਾਰ ਰਜੀਵ ਭਾਸਕਰ ਜੀ। ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ। ਬਹੁਤ ਧੰਨਵਾਦ ਭਾਸਕਰ ਸਾਹਿਬ। ਭਾਸਕਰ ਸਾਹਿਬ, ਤਿੰਨ ਚਾਰ ਅਹਿਮ ਸਵਾਲ ਨੇ, ਉਹ ਸਵਾਲ ਹਰ ਪੰਜਾਬੀ ਦੇ ਜ਼ਿਹਨ 'ਚ ਨੇ, ਹਰ ਪੰਜਾਬੀ ਉਹਨਾਂ ਦਾ ਜਵਾਬ ਚਾਹੁੰਦਾ। 13 ਸੀਟਾਂ ਦੀ ਗੱਲ ਤੁਹਾਡੀ ਜ਼ੁਬਾਨ ਤੋਂ ਅੱਜ ਮੈਂ ਸੁਣਨੀ ਚਾਹੁੰਦਾ, ਕਿਉਂਕਿ ਅੰਕੜੇ ਨਵੇਂ ਨਵੇਂ, ਟ੍ਰੈਂਡ ਨਵੇਂ ਨਵੇਂ ਹਰ ਰੋਜ਼ ਦੇਖਣ ਨੂੰ, ਸੁਣਨ ਨੂੰ, ਪੜ੍ਹਨ ਨੂੰ ਮਿਲ ਰਹੇ ਨੇ। ਇਹਦੇ ਨਾਲ ਨਾਲ ਪੰਜਾਬ 'ਚੋਂ ਸੰਭਾਵੀ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਕਿਹਨਾਂ ਲੀਡਰਾਂ ਨੂੰ ਮੰਤਰੀ ਬਣਾ ਸਕਦੀਆਂ ਨੇ, ਇਹਦੇ 'ਤੇ ਗੱਲ ਕਰਾਂਗੇ, ਕਿਉਂਕਿ ਪੰਜਾਬ ਦੀ ਜਦੋਂ ਤਰੱਕੀ ਦੀ ਗੱਲ ਆਉਂਦੀ ਹੈ, ਤਦ ਤੱਕ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਜਦ ਤੱਕ ਪੰਜਾਬ ਦੇ ਵਿੱਚੋਂ ਬਹੁਤ ਸਿਆਣੇ ਲੀਡਰ ਮੰਤਰੀ ਨਹੀਂ ਬਣਦੇ। ਸੋ ਕਿਹੜੇ ਕਿਹੜੇ ਲੀਡਰ ਪੰਜਾਬ ਦੇ ਵਿੱਚੋਂ ਮੰਤਰੀ ਬਣ ਸਕਦੇ ਨੇ, ਇਹਦੇ ਉੱਪਰ ਗੱਲ ਕਰਾਂਗੇ। ਅਗਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਕੌਣ ਮੰਤਰੀ ਬਣੂ, ਅਗਰ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਕੌਣ ਮੰਤਰੀ ਬਣ ਸਕਦਾ, ਕਿਉਂਕਿ ਹਾਲੇ ਤੱਕ ਪੰਜਾਬ 'ਚ ਕੇਂਦਰੀ ਵਜ਼ਾਰਤ ਦੇ ਵਿੱਚ ਕਦੇ ਵੀ ਉਸ ਤਰ੍ਹਾਂ ਦੀ ਨੁਮਾਇੰਦਗੀ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ, ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ। ਇਹਦੇ ਨਾਲ ਨਾਲ ਅੱਜ ਫਿਰ ਕੁਝ ਲੀਡਰਾਂ ਨੇ ਪਾਰਟੀਆਂ ਬਦਲੀਆਂ ਨੇ, ਉਹਨਾਂ ਦੀ ਭੂਮਿਕਾ 'ਤੇ ਵੀ ਅਸੀਂ ਗੱਲ ਕਰਦੇ ਹਾਂ। ਔਰ ਵੱਡੇ ਲੀਡਰ 23 ਤਰੀਕ ਤੋਂ ਬਾਅਦ, 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ, 23 ਤੋਂ ਲੈ ਕੇ 30 ਤਰੀਕ ਤੱਕ ਸਾਰੇ ਵੱਡੇ ਲੀਡਰਾਂ ਦੇ ਪ੍ਰੋਗਰਾਮ ਲਗਭਗ ਤੈਅ ਹੋ ਗਏ ਨੇ ਪੰਜਾਬ ਆਉਣ ਦੇ। ਨਰਿੰਦਰ ਮੋਦੀ, ਅਮਿਤ ਸ਼ਾਹ, ਬੀਬੀ ਮਾਇਆਵਤੀ, ਰਾਹੁਲ ਗਾਂਧੀ, ਮਲਕਿਆਰਜੁਨ ਖੜਗੇ, ਪ੍ਰਿਯੰਕਾ ਗਾਂਧੀ, ਹੋਰ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਪੰਜਾਬ 'ਚ ਆਉਣਗੇ। ਔਰ ਇਹਦੇ ਨਾਲ ਨਾਲ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਹੈਲੀਕਾਪਟਰ ਕਿਰਾਏ 'ਤੇ ਲਿਆ, ਇਹ ਸਰਕਾਰੀ ਨਹੀਂ, ਪ੍ਰਾਈਵੇਟ, ਆਮ ਆਦਮੀ ਪਾਰਟੀ ਵੱਲੋਂ ਪ੍ਰਾਈਵੇਟ ਹੈਲੀਕਾਪਟਰ ਕਿਰਾਏ 'ਤੇ ਲਿਆ ਗਿਆ, ਇਹ ਖਬਰਾਂ ਨੇ। ਔਰ 23 ਤਰੀਕ ਤੋਂ ਲੈ ਕੇ 24 ਤੋਂ 30 ਮਈ ਤੱਕ, ਜਿਸ ਦਿਨ ਚੋਣ ਪ੍ਰਚਾਰ ਖਤਮ ਹੋਣ ਦਾ ਲਗਭਗ ਸਮਾਂ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੁਣ ਪੰਜਾਬ 'ਚ ਰਹਿਣਗੇ, ਕਿਉਂਕਿ ਦਿੱਲੀ ਦੀਆਂ ਚੋਣਾਂ ਮੁੱਕ ਚੁੱਕੀਆਂ ਹੋਣਗੀਆਂ। ਹੁਣ ਇਹ ਸਥਿਤੀਆਂ 'ਤੇ ਆਪਾਂ ਗੱਲ ਕਰਾਂਗੇ। ਭਾਸਕਰ ਸਾਹਿਬ, ਇਸ ਵਾਰ ਜਿਹੜੀਆਂ 13 ਸੀਟਾਂ ਨੇ, 13 ਸੀਟਾਂ 'ਤੇ ਬੜੀ ਵਿਚਿੱਤਰ ਸਥਿਤੀ ਬਣੀ ਹੈ, ਉਹ ਟ੍ਰੈਂਡ ਤੁਸੀਂ ਵੀ ਦੱਸਣਾ ਹੈ, ਰੁਝਾਨ ਤੁਸੀਂ ਵੀ ਦੱਸਣਾ ਹੈ ਚੋਣ ਪ੍ਰਚਾਰ ਦਾ। ਸਥਿਤੀ ਇਹ ਬਣੀ ਹੈ ਕਿ ਬਹੁਤ ਸਾਰੀਆਂ ਸੀਟਾਂ ਨੇ ਜਿਹੜੇ ਉਹਨਾਂ ਦੇ ਸ਼ਹਿਰੀ ਖੇਤਰ ਨੇ, ਜਿਵੇਂ ਵੱਡੀਆਂ ਸੀਟਾਂ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ, ਜਿਹੜੀਆਂ ਵੱਡੀਆਂ ਸ਼ਹਿਰੀ ਸੀਟਾਂ ਨੇ, ਉੱਥੇ ਸ਼ਹਿਰ 'ਚ ਵੀ ਕਿਤੇ ਨਾ ਕਿਤੇ ਤਿਕੋਣੇ ਮੁਕਾਬਲਿਆਂ ਦੀ ਗੱਲ ਚੱਲ ਰਹੀ ਹੈ ਵੀ ਉੱਥੇ ਬੀਜੇਪੀ, ਆਪ ਔਰ ਕਾਂਗਰਸ, ਇਹਨਾਂ ਦਾ ਵੀ ਸਖ਼ਤ ਮੁਕਾਬਲਾ ਆਪਸ 'ਚ ਹੋ ਸਕਦਾ। ਅਤੇ ਪੇਂਡੂ ਖੇਤਰਾਂ 'ਚ ਅਕਾਲੀ ਦਲ, ਕਾਂਗਰਸ ਔਰ ਆਮ ਆਦਮੀ ਪਾਰਟੀ 'ਚ ਫਸਵਾਂ ਮੁਕਾਬਲਾ ਹੋ ਸਕਦਾ। ਮਤਲਬ ਕਿ ਇਸ ਵਾਰ ਜਿਹੜੇ ਨਤੀਜੇ ਆਉਣੇ ਨੇ ਉਹਨਾਂ ਦਾ ਆਧਾਰ ਇਹ ਵੀ ਬਣ ਸਕਦਾ ਕਿ ਸ਼ਹਿਰਾਂ ਦੀਆਂ 3 ਪਾਰਟੀਆਂ 'ਚੋਂ ਕਿਹੜੀ ਅੱਗੇ ਹੈ, ਪਿੰਡਾਂ ਦੀਆਂ 3 ਪਾਰਟੀਆਂ 'ਚੋਂ, ਪਿੰਡਾਂ ਦੇ ਖੇਤਰਾਂ ਦੇ ਹਲਕਿਆਂ 'ਚੋਂ ਕੌਣ ਅੱਗੇ ਹੈ, ਸ਼ਹਿਰੀ ਖੇਤਰਾਂ 'ਚੋਂ ਕੌਣ ਅੱਗੇ ਹੈ, ਅਤੇ ਫਿਰ ਦੋਵਾਂ ਖੇਤਰਾਂ 'ਚੋਂ ਕੁੱਲ ਮਿਲਾ ਕੇ ਕੌਣ ਅੱਗੇ ਹੈ, ਇਹ ਵੀ ਇੱਕ ਲੋਕਾਂ ਦੇ ਵਿੱਚ ਚਰਚਾ। ਜਦੋਂ ਮੈਂ ਆਮ ਲੋਕਾਂ ਨਾਲ ਗੱਲ ਕਰਦਾ, ਕਿਉਂਕਿ ਮੈਂ ਕਈ ਹਲਕਿਆਂ 'ਚ ਗੱਲ ਕੀਤੀ, ਕਹਿੰਦੇ ਜੀ ਸ਼ਹਿਰ 'ਚ ਤਾਂ ਦੇਖੋ ਇੱਥੇ ਸਾਡੇ ਬੀਜੇਪੀ, ਆਪ ਅਤੇ ਇਹਨਾਂ ਦਾ ਮੁਕਾਬਲਾ ਜ਼ਿਆਦਾ ਲੱਗਦਾ, ਅਤੇ ਪੇਂਡੂ ਖੇਤਰਾਂ 'ਚ ਅਕਾਲੀ ਦਲ ਔਰ ਇਹਨਾਂ ਦਾ ਮੁਕਾਬਲਾ ਜ਼ਿਆਦਾ ਲੱਗਦਾ। ਹੁਣ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ ਇਹਨਾਂ ਸੰਭਾਵਨਾਵਾਂ? ਵੈਸੇ ਤਾਂ 13 ਦੀ 13 ਸੀਟਾਂ ਦੇ ਉੱਤੇ ਡੱਲਾ ਸਾਹਿਬ ਅਗਰ ਦੇਖੀਏ ਤਾਂ ਸਭ ਤੋਂ ਪਹਿਲੀ ਗੱਲ ਤਾਂ ਐਵੇਂ ਕਿ ਕਿਸੇ ਵੀ ਪਾਰਟੀ ਦੀ ਹਵਾ ਨਹੀਂ ਦੇਖੀ ਜਾ ਰਹੀ। ਯਾਨੀ ਆਪਾਂ ਕਹੀਏ ਨਾ ਕਿ ਇੱਕ ਪਾਰਟੀ ਦੀ ਹਵਾ ਹੈਗੀ ਹੈ ਕਿ ਜਿੱਤ ਗਏ, ਉੱਦਾਂ ਦਾ ਮਾਹੌਲ ਤਾਂ ਕਿਸੇ ਵੀ ਪਾਰਟੀ ਦੀ ਫੇਵਰ ਦੇ ਵਿੱਚ ਬਿਲਕੁਲ ਨਹੀਂ ਦੇਖਿਆ ਜਾ ਰਿਹਾ। ਔਰ
ਐਤਕੀ ਪਹਿਲੀ ਵਾਰ ਹੈਗੀ ਹੈ ਜਦ 4 corner 5 corner ਕੰਟੈਸਟ ਹੋ ਰਿਹਾ, ਉਹਦੇ ਵਿੱਚ ਜਿੱਤ ਹਾਰ ਦਾ ਮਾਰਜਨ ਉਹ ਪੱਕੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵੀ 20-30 ਹਜ਼ਾਰ ਵੀ ਮਾਰਜਨ ਬਹੁਤ ਜ਼ਿਆਦਾ ਮੰਨਿਆ ਜਾਏਗਾ ਕਿ 20-30 ਹਜ਼ਾਰ ਦਾ ਕੋਈ ਡਿਫਰੈਂਸ ਆ ਜਾਏ, ਔਰ ਜਿੱਥੇ 15 ਲੱਖ ਤੋਂ ਲੈ ਕੇ 20 ਲੱਖ ਵੋਟ ਹੋਣ ਉੱਥੇ 20 ਹਜ਼ਾਰ ਦਾ ਜਾਂ 30 ਹਜ਼ਾਰ ਦਾ ਮਾਰਜਨ ਬੜਾ ਛੋਟਾ ਮਾਰਜਨ ਗਿਣਿਆ ਜਾਂਦਾ। ਹੁਣ ਆਪਾਂ ਇੱਕ ਇੱਕ ਸੀਟ ਦਾ ਉੱਤੇ ਬੜੀ ਫਟਾਫਟ ਅਗਰ ਜ਼ਿਕਰ ਕਰੀਏ, ਲੁਧਿਆਣੇ ਤੋਂ ਸ਼ੁਰੂ ਕਰਦੇ ਹਾਂ। ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ, ਰਾਜਾ ਵੜਿੰਗ ਉਹਨਾਂ ਔਰ ਪੱਪੀ ਬਰਾੜ, ਇਹ 3 ਮੁੱਖ ਕੈਂਡੀਡੇਟ ਹੈਗੇ ਨੇ। ਹਾਲਾਂਕਿ ਰਣਜੀਤ ਢਿੱਲੋਂ ਉਹਨਾਂ ਵੀ ਹੈਗੇ ਨੇ ਅਕਾਲੀ ਦਲ ਦੇ, ਪਰ ਇਹਨਾਂ ਦੇ ਵਿੱਚੋਂ ਜੇ ਮੈਂ ਤੁਹਾਨੂੰ ਵੀ ਪੁੱਛ ਲਾਂ, ਕਿਉਂਕਿ ਤੁਸੀਂ ਲੁਧਿਆਣਾ ਕਾਫੀ ਆਉਂਦੇ ਜਾਂਦੇ ਰਹਿੰਦੇ ਹੋ, ਬੜਾ ਔਖਾ ਹੈ ਇਸ 'ਤੇ ਮੈਂ ਗੱਲ ਕਹਿਣਾ ਕਿ ਜਿੱਤ ਕੌਣ ਰਿਹਾ, ਕਿਉਂਕਿ ਰਵਨੀਤ ਬਿੱਟੂ ਉਹਨਾਂ ਕਦੀ ਜਿੱਤਦੇ ਨਜ਼ਰ ਆਉਂਦੇ ਨੇ, ਕਦੀ ਸ਼ਹਿਰਾਂ ਦੇ ਵਿੱਚੋਂ ਬੜੀ ਚੰਗੇ ਵੋਟ ਪ੍ਰਾਪਤ ਕਰਦੇ ਨਜ਼ਰ ਆਉਂਦੇ ਨੇ, ਅਤੇ ਸ਼ਹਿਰਾਂ ਦੇ ਵਿੱਚ ਲੜਾਈ ਉੱਥੇ ਵੀ 3 ਪਾਰਟੀਆਂ ਦੀ ਹੈਗੀ ਹੈ, BJP ਦੀ, ਕਾਂਗਰਸ ਦੀ ਅਤੇ ਆਮ ਆਦਮੀ ਪਾਰਟੀ ਦੀ। ਜੇ ਇਹੀ ਲੜਾਈ ਜਦ ਪਿੰਡਾਂ ਦੇ ਵਿੱਚ ਜਾਂ ਰੂਰਲ ਕੌਂਸਟੀਚੁਐਂਸੀ ਦੇ ਵਿੱਚ ਜਾਂਦੀ ਹੈ ਅਤੇ ਉੱਥੇ ਅਕਾਲੀ ਦਲ ਰੇਸ ਦੇ ਵਿੱਚ ਆ ਜਾਂਦਾ ਔਰ BJP ਉਸ ਰੇਸ ਤੋਂ ਬਾਹਰ ਹੋ ਜਾਂਦੀ ਹੈ, ਯਾਨੀ ਉੱਥੇ ਵੀ 3 ਪਾਰਟੀਆਂ ਕੰਟੈਸਟ ਕਰ ਰਹੀ ਹੁੰਦੀ ਹੈ। ਹੁਣ ਸ਼ਹਿਰਾਂ ਦਾ ਮੈਚ, ਪਿੰਡਾਂ ਦਾ ਮੈਚ, ਅਤੇ ਉਸ ਤੋਂ ਬਾਅਦ ਫਿਰ ਫਾਈਨਲ ਰਿਜ਼ਲਟ, ਯਾਨੀ ਸ਼ਹਿਰਾਂ ਤੋਂ ਲੀਡ ਲੈ ਕੇ ਗਈ ਹੋਈ ਪਾਰਟੀ ਪਿੰਡਾਂ ਦੇ ਵਿੱਚ ਅਗਰ ਉਸ ਲੀਡ ਨੂੰ ਲੂਜ਼ ਕਰ ਜਾਂਦੀ ਹੈ ਤਾਂ ਉਹ ਹਾਰ ਜਾਂਦੀ ਹੈ। ਔਰ ਐਸੀ ਇਸ ਗੱਲ ਦੇ ਉੱਤੇ ਹੀ ਗੌਰ ਕਰਨ ਤੋਂ ਬਾਅਦ BJP ਦਾ ਜਿੱਤਣਾ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ BJP ਦੇ ਲੀਡਰਾਂ ਦਾ ਵਿਰੋਧ ਹੋ ਰਿਹਾ, ਉਹਦੇ ਵਿੱਚ ਬਹੁਤ ਜ਼ਿਆਦਾ ਆਸ BJP ਦੇ ਲੀਡਰਾਂ ਨੂੰ ਵੀ ਨਹੀਂ ਹੈ ਕਿ ਬਹੁਤ ਜ਼ਿਆਦਾ ਉੱਥੋਂ ਵੋਟ ਮਿਲਣਗੀਆਂ। ਜਲੰਧਰ ਆ ਜਾਈਏ ਤਾਂ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ, ਸੁਸ਼ੀਲ ਕੁਮਾਰ, ਰਿੰਕੂ, ਪਵਨ ਕੁਮਾਰ, ਟੀਨੂ, 3 ਕੰਟੈਸਟੈਂਟ ਇੱਦਾਂ ਦੇ ਹੈਗੇ ਨੇ, ਔਰ ਅਕਾਲੀ ਦਲ ਦੇ ਹੁਣ ਮਹਿੰਦਰ ਸਿੰਘ KP, ਹੁਣ BSP ਦੇ ਕੈਂਡੀਡੇਟ ਦੇ ਵੀ ਨਾਂ ਲਈਏ ਤਾਂ ਬਲਵਿੰਦਰ ਕੁਮਾਰ। ਹੁਣ ਇਹਨਾਂ 4 ਕੈਂਡੀਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਲੁਧਿਆਣੇ ਦੇ ਵਿੱਚ ਹੈ, ਜਿਸ ਤਰੀਕੇ ਦੀ ਸਿਚੁਏਸ਼ਨ ਲੁਧਿਆਣੇ ਦੇ ਵਿੱਚ ਹੈ, ਉੱਦਾਂ ਦੀ ਸੇਮ ਜਲੰਧਰ ਦੇ ਵਿੱਚ ਵੀ ਹੈਗਾ, ਔਰ ਤਕਰੀਬਨ 13 ਦੀ 13 ਕੌਨਸਟੀਚੁਐਂਸੀ ਦੇ ਵਿੱਚ ਸੇਮ ਸਿਚੁਏਸ਼ਨ ਹੈਗੀ ਹੈ। ਸਿਰਫ ਇੱਕ ਕੌਨਸਟੀਚੁਐਂਸੀ ਨੂੰ ਛੱਡ ਕੇ, ਜਿਹੜੀ ਕੌਨਸਟੀਚੁਐਂਸੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਬਈ ਖਡੂਰ ਸਾਹਿਬ ਜਿਹਨੂੰ ਪੰਥਕ ਸੀਟ ਵੀ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਅੰਮ੍ਰਿਤਪਾਲ ਦੀ ਐਂਟਰੀ ਹੋਣ ਤੋਂ ਬਾਅਦ ਕਿਹੜੇ ਸਮੀਕਰਨ ਕਿਹੜੀ ਪਾਰਟੀ ਦੇ ਵਾਸਤੇ ਫੇਵਰੇਬਲ ਹੋਣਗੇ, ਇਹਦੇ ਉੱਤੇ ਲਗਾਤਾਰ ਗੱਲਬਾਤ ਚੱਲਦੀ ਹੈ। ਕੁਛ ਸੂਤਰ ਇਹ ਦੱਸਦੇ ਨੇ ਕਿ ਅੰਮ੍ਰਿਤਪਾਲ ਦਾ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਸਕਦਾ ਹੈ, ਕੁਝ ਦਾ ਇਹਨਾਂ ਵੀ ਇਹ ਵੀ ਗੱਲ ਕਹਿੰਦੇ ਹੈ ਕਿ ਨਹੀਂ, ਅੰਮ੍ਰਿਤਪਾਲ ਇੱਕ ਜਗ੍ਹਾ ਆ ਕੇ ਰੁਕ ਜਾਂਦਾ, ਯਾਨੀ ਇਹ ਚਲੋ 13 ਵਿੱਚੋਂ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ ਮੋਟੇ ਤੌਰ ਦੇ ਤੇ ਹਜੇ ਇਹ ਕਹਿਣਾ ਬਹੁਤ ਔਖਾ ਹੈਗਾ, ਕਿਉਂਕਿ ਜਦ ਕਿਸੇ ਵੀ ਪਾਰਟੀ ਦੀ ਹਵਾ ਨਾ ਹੋਏ ਔਰ ਕੋਈ ਵੀ ਪਾਰਟੀ ਆਪਣਾ ਇੱਕ ਨੈਰੇਟਿਵ ਨਾ ਸੈੱਟ ਕਰ ਪਾਏ ਤੇ ਫਿਰ ਉਹਨਾਂ ਦੇ ਹਾਲਾਤ ਦੇ ਵਿੱਚ, ਮੰਦਿਰ ਵਾਲੇ ਮੁੱਦੇ ਦੇ ਉੱਤੇ ਅਗਰ ਗੱਲ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਸਮਰਥਨ ਲੱਗਦਾ ਹੈ ਕਿ ਵੀ BJP ਦਾ ਹੋ ਸਕਦਾ, ਲੇਕਿਨ ਪਿੰਡਾਂ ਦੇ ਵਿੱਚ ਉਹ ਸਮਰਥਨ ਬਿਲਕੁਲ ਹੀ ਗਾਇਬ ਹੋ ਜਾਂਦਾ, ਯਾਨੀ ਕਨਫਿਊਜ਼ਨ ਵਾਲੀ ਸਥਿਤੀ ਹੈ। ਇਸ ਕਰਕੇ ਜਿਹੜਾ ਪੋਲ ਮੈਨੇਜਮੈਂਟ, ਪੋਲਿੰਗ ਬੂਥ ਮੈਨੇਜਮੈਂਟ ਚੰਗੇ ਤਰੀਕੇ ਨਾਲ ਕਰ ਗਿਆ, ਉਹਦੇ ਵਾਸਤੇ ਜਿੱਤ ਦੇ ਚਾਂਸਿਸ ਉਨੇ ਹੀ ਵੱਧ ਸਕਦੇ। ਭਾਸਕਰ ਸਾਹਿਬ, ਮੇਰਾ ਇਹ ਵੀ ਮੰਨਣਾ ਹੈ ਕਿ ਜਿਵੇਂ ਤੁਸੀਂ ਵੀ ਆਪਣਾ ਦ੍ਰਿਸ਼ਟੀਕੋਣ ਦਿੱਤਾ ਹੈ, ਬੜਾ ਮਹੱਤਵਪੂਰਨ ਤੁਹਾਡਾ ਦ੍ਰਿਸ਼ਟੀਕੋਣ ਹੈ, ਪਰ ਮੇਰਾ ਇਹ ਵੀ ਮੰਨਣਾ ਹੈ ਕਿ ਅਸੀਂ ਜਦੋਂ UP 'ਚ ਦੇਖਦੇ ਹਾਂ, ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਦੋਂ 2019 'ਚ ਸੀਟਾਂ ਜਿੱਤੀਆਂ ਅਤੇ ਕਈ ਸੀਟਾਂ 'ਤੇ 50,000 ਲੱਖ, 1.5-1.5-2 ਲੱਖ ਦਾ ਮਾਰਜਨ ਵੀ ਭਾਰਤੀ ਜਨਤਾ ਪਾਰਟੀ ਨੇ ਉੱਥੇ ਹਾਸਲ ਕੀਤਾ। ਹੁਣ ਤੁਸੀਂ ਇਹ ਇੱਕ ਨਵੀਂ ਸਥਿਤੀ ਇਸ ਵਾਰ ਪੰਜਾਬ 'ਚ ਹੈ, BJP ਸ਼ਹਿਰਾਂ 'ਚ ਬਹੁਤ ਆਸਵੰਦ ਹੈ, BJP ਨੂੰ ਲੱਗਦਾ ਹੈ ਕਿ ਸ਼ਹਿਰਾਂ 'ਚ ਸਾਡੀ ਲਹਿਰ ਹੈ, ਇਹ BJP ਨੂੰ ਲੱਗਦਾ ਹੈ। ਜਦੋਂ BJP ਦੇ ਲੀਡਰਾਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਸਾਡੀ ਲਹਿਰ ਹੈ BJP ਵਾਲੇ, ਹਾਲਾਂਕਿ ਸਾਰੀਆਂ ਪਾਰਟੀਆਂ ਦੇ ਲੀਡਰ ਕਹਿੰਦੇ ਹੀ ਹੁੰਦੇ ਨੇ ਸਾਡੀ ਲਹਿਰ ਹੈ, ਪਰ BJP ਦਾ ਇਹ ਕਹਿਣਾ ਹੈ। ਹੁਣ ਜਦੋਂ ਅਸੀਂ ਪੰਜਾਬ 'ਚ ਦੇਖਦੇ ਹਾਂ, ਪੰਜਾਬ 'ਚ ਇੱਕ ਪਾਸੇ BJP ਇਕੱਲੀ ਹੈ, ਦੂਜੇ ਪਾਸੇ ਇੰਡੀਆ ਗਠਜੋੜ ਨਹੀਂ ਹੈ, ਆਮ ਆਦਮੀ ਪਾਰਟੀ ਵੀ ਇਕੱਲੀ ਲੜ ਰਹੀ ਹੈ, ਕਾਂਗਰਸ ਵੀ ਇਕੱਲੀ ਲੜ ਰਹੀ ਹੈ। ਜਿਵੇਂ ਅਸੀਂ UP 'ਚ ਦੇਖਦੇ ਹਾਂ,
ਤੇ ਉੱਥੇ ਇੱਕ ਪਾਸੇ ਬੀਜੇਪੀ ਹੈ, ਇੱਕ ਪਾਸੇ ਇੰਡੀਆ ਗਠਜੋੜ ਹੈ, ਇੱਕੋ ਹੀ ਕੈਂਡੀਡੇਟ ਹੈ ਲਗਭਗ। ਪਰ ਪੰਜਾਬ ਅਕਾਲੀ ਦਲ ਵੀ ਹੈ, ਆਮ ਆਦਮੀ ਪਾਰਟੀ ਵੀ ਹੈ, ਕਾਂਗਰਸ ਵੀ ਹੈ, ਪਰ ਕਈ ਸੀਟਾਂ 'ਤੇ ਜਿੱਥੇ ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟ ਨੇ ਉਹ ਵੀ ਕਿਤੇ ਨਾ ਕਿਤੇ ਪੰਥਕ ਵੋਟ ਹਾਸਲ ਕਰਦੇ ਨੇ। ਸੰਗਰੂਰ ਅਤੇ ਖਡੂਰ ਸਾਹਿਬ ਤਾਂ ਦੋ ਵੱਡੀਆਂ ਸੀਟਾਂ ਹੋ ਗਈਆਂ ਨਾ ਜਿੱਥੇ ਉਹ ਮੁਕਾਬਲੇ 'ਚ ਖੜ੍ਹੇ ਨੇ, ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਸਿਮਰਜੀਤ ਸਿੰਘ ਮਾਨ ਖੜ੍ਹੇ ਨੇ ਮੁਕਾਬਲੇ 'ਚ, ਬਠਿੰਡੇ 'ਚ ਲੱਖਾ ਸਿਧਾਣਾ ਵੀ ਮੁਕਾਬਲੇ 'ਚ ਖੜ੍ਹਾ, ਉਹਨੂੰ ਬਿਲਕੁਲ ਰੇਸ ਤੋਂ ਬਾਹਰ ਨਹੀਂ ਅਸੀਂ ਮੰਨ ਸਕਦੇ, ਔਰ ਖਡੂਰ ਸਾਹਿਬ ਤੀਜੀ ਸੀਟ ਹੈ। ਸੋ ਤਿੰਨ ਸੀਟਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਜਿੱਥੇ ਬੀਜੇਪੀ ਦੇ ਸਾਹਮਣੇ ਚਾਰ ਪਾਰਟੀਆਂ ਨੇ, ਮਤਲਬ ਇੱਕ ਤਰੀਕੇ ਨਾਲ ਅਸੀਂ ਪੰਜ ਕੋਣੀ ਮੁਕਾਬਲਾ ਉੱਥੇ ਮੰਨਦੇ ਹਾਂ। ਹੁਣ ਅਗਰ ਕੋਈ ਇੱਕ ਪਾਰਟੀ ਜਾਂ ਤਾਂ ਪੇਂਡੂ ਖੇਤਰਾਂ 'ਚੋਂ ਬਹੁਤ ਵੱਡੀ ਲੀਡ ਲੈ ਜੇ, ਜਾਂ ਕੋਈ ਇੱਕ ਪਾਰਟੀ ਸ਼ਹਿਰੀ ਖੇਤਰਾਂ 'ਚੋਂ ਬਹੁਤ ਵੱਡੀ ਲੀਡ ਲੈ ਜੇ, ਉਹ ਵੀ ਫਰਕ ਪਾ ਸਕਦੀ ਹੈ। ਅਗਰ ਅਸੀਂ ਇਹ ਮੰਨ ਲਈਏ ਕਿ ਕੋਈ ਪਾਰਟੀ ਸ਼ਹਿਰਾਂ 'ਚੋਂ ਹੀ ਲੱਖ ਦੀ ਲੀਡ ਲੈ ਗਈ ਜਾਂ ਕੋਈ ਪਾਰਟੀ ਪਿੰਡਾਂ 'ਚੋਂ ਲੱਖ ਦੀ ਲੀਡ ਲੈ ਗਈ ਅਤੇ ਉਹ ਸ਼ਹਿਰਾਂ 'ਚ ਉਹਦੀ ਅਗਰ ਉਹਦੀ ਲੀਡ ਘੱਟਦੀ ਵੀ ਹੈ ਤਾਂ ਉਹ ਵੀ ਦਾਅਵੇ 'ਚ ਆ ਸਕਦੀ ਹੈ। ਸੋ ਐਤਕੀ ਮੈਂ ਇਸੇ ਕਰਕੇ ਭਾਸਕਰ ਸਾਹਿਬ ਮੇਰਾ ਇਹ ਅਨੁਮਾਨ ਹੈ ਜੋ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਇਸੇ ਕਰਕੇ ਕਿਸੇ ਇੱਕ ਪਾਰਟੀ ਦੇ ਜਿੱਤ ਦੀ ਗੱਲ ਨਹੀਂ ਕੀਤੀ ਜਾ ਰਹੀ ਪੰਜਾਬ 'ਚ। ਹਰ ਸੀਟ ਦੇ ਸਮੀਕਰਨ ਵੱਖਰੇ ਨੇ। ਹੁਣ ਸੰਗਰੂਰ 'ਚ ਸਿਮਰਨਜੀਤ ਸਿੰਘ ਮਾਨ ਉਹ ਸਿਟਿੰਗ ਐਮ ਪੀ ਨੇ, ਔਰ ਸੁਖਪਾਲ ਖਹਿਰਾ ਜਿਸ ਤਰ੍ਹਾਂ ਨਾਲ ਗੈਰ ਪੰਜਾਬੀਆਂ ਨੂੰ ਪੰਜਾਬ 'ਚ ਤੁਰੰਤ ਜ਼ਮੀਨ ਨਾ ਲੈ ਸਕਣ, ਤੁਰੰਤ ਉਹਨਾਂ ਨੂੰ ਵੋਟਰ ਕਾਰਡ ਨਾ ਮਿਲੇ, ਉਹਨਾਂ ਨੂੰ ਤੁਰੰਤ ਪੱਕੀ ਨੌਕਰੀ ਨਾ ਮਿਲੇ, ਉਹਨਾਂ ਨੂੰ ਮਕਾਨ ਨਾ ਅਸੀਂ ਦਈਏ, ਇਸ ਤਰ੍ਹਾਂ ਦੀਆਂ ਗੱਲਾਂ ਸੁਖਪਾਲ ਖਹਿਰਾ ਕਰ ਰਹੇ ਨੇ, ਭਾਵੇਂ ਉਹਨਾਂ ਦੀ ਗੱਲ ਪਿੱਛੇ ਕਾਨੂੰਨੀ ਤਰਕ ਹੈ ਕਿ ਹਿਮਾਚਲ ਨੇ ਵੀ ਅਜਿਹਾ ਕੀਤਾ, ਗੁਜਰਾਤ ਨੇ ਵੀ ਕੀਤਾ, ਉੱਤਰਾਖੰਡ ਦਾ ਉਹ ਜ਼ਿਕਰ ਕਰਦੇ ਨੇ, ਉਹਨਾਂ ਦਾ ਆਪਣਾ ਤਰਕ ਹੈ। ਪਰ ਚੋਣਾਂ ਦੇ ਵੇਲੇ ਇਹ ਸਥਿਤੀਆਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਲਈ ਤਾਂ ਚੁਣੌਤੀ ਬਣ ਗਈਆਂ। ਰਾਜਾ ਵੜਿੰਗ ਔਰ ਹੋਰ ਲੋਕ ਵਿਰੋਧ ਕਰ ਰਹੇ ਨੇ ਸੁਖਪਾਲ ਖਹਿਰਾ ਦੇ ਬਿਆਨ ਦਾ, ਪਰ ਸਿਮਰਨਜੀਤ ਸਿੰਘ ਮਾਨ ਸਿਟਿੰਗ ਐਮ ਪੀ ਹੋਣ ਦੇ ਨਾਤੇ ਹਜੇ ਵੀ ਜੇ ਅਸੀਂ ਸੰਗਰੂਰ ਦੇ ਪਿੰਡਾਂ 'ਚ ਗੱਲ ਕਰੀਏ ਤਾਂ ਉਹ ਅਗਰ ਬੀਜੇਪੀ ਨੂੰ ਲੱਗਦਾ ਕਿ ਸ਼ਹਿਰਾਂ 'ਚ ਸਾਡੀ ਲਹਿਰ ਹੈ ਅਤੇ ਸਿਮਰਨਜੀਤ ਸਿੰਘ ਮਾਨ ਦੇ ਸਾਥੀ ਇਹ ਮੰਨਦੇ ਨੇ ਕਿ ਸਾਡੀ ਪਿੰਡਾਂ 'ਚ ਲਹਿਰ ਹੈ ਸੰਗਰੂਰ 'ਚ, ਇਹਦਾ ਮਤਲਬ ਹੈ ਉੱਧਰ ਖਡੂਰ ਸਾਹਿਬ ਅੰਮ੍ਰਿਤਪਾਲ ਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੰਮ੍ਰਿਤਪਾਲ ਦੇ ਸਮਰਥਕ ਮੰਨਦੇ ਨੇ ਕਿ ਅੰਮ੍ਰਿਤਪਾਲ ਬਹੁਤ ਅੱਗੇ ਹੈ ਭਾਵੇਂ ਉਹ ਸ਼ਹਿਰਾਂ 'ਚ ਜਾਂ ਕਿਸੇ ਹਿੱਸੇ 'ਚ ਜਾ ਕੇ ਰੁਕ ਜਾਂਦਾ। ਇਹਦਾ ਮਤਲਬ ਹੈ ਕਿਸੇ ਇੱਕ ਜਗ੍ਹਾ ਤੋਂ ਅਗਰ ਕੋਈ ਵਿਅਕਤੀ ਜ਼ਿਆਦਾ ਵੋਟਾਂ ਹਾਸਲ ਕਰਦੇ ਨੇ ਉਹ ਵੀ ਪੂਰੀ ਸੀਟ ਦੇ ਰਿਜ਼ਲਟ ਨੂੰ ਇਸ ਵਾਰ ਪ੍ਰਭਾਵਿਤ ਕਰ ਸਕਦੇ ਨੇ ਕਿਉਂਕਿ ਚਾਰ ਪੰਜ ਕੋਣੀ ਮੁਕਾਬਲਾ। ਸੋ ਜੇ ਅਸੀਂ ਗੱਲ ਕਰੀਏ ਤੇ ਜਿਹੜੀ ਵੋਟ ਟੋਟਲ ਪੋਲ ਹੋਣੀ ਹੈ ਉਹ ਵੰਡੀ ਬਹੁਤ ਥਾਵਾਂ 'ਤੇ ਜਾਣੀ ਹੈ, ਇਸ ਕਰਕੇ ਨਤੀਜੇ ਨੇ ਜਿਹੜੇ ਇਹਨਾਂ ਦਾ ਅਨੁਮਾਨ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੈ। ਪਰ ਪੰਜਾਬ 'ਚ ਦੋ ਹਿੱਸਿਆਂ ਦੇ ਵਿੱਚ ਕਿਸੇ ਵੀ ਲੋਕ ਸਭਾ ਸੀਟ ਨੂੰ ਅਸੀਂ ਵੰਡ ਸਕਦੇ ਹਾਂ ਕਿ ਪੇਂਡੂ ਹਲਕੇ ਕਿੰਨੇ ਨੇ, ਸ਼ਹਿਰੀ ਹਲਕੇ ਕਿੰਨੇ ਨੇ। ਜਿੱਥੇ ਪੇਂਡੂ ਹਲਕੇ ਜ਼ਿਆਦਾ ਹੈ ਉੱਥੇ ਦ੍ਰਿਸ਼ ਬਦਲ ਸਕਦਾ, ਜਿੱਥੇ ਸ਼ਹਿਰੀ ਹਲਕੇ ਜ਼ਿਆਦਾ ਨੇ ਉੱਥੇ ਵੀ ਦ੍ਰਿਸ਼ ਬਦਲ ਸਕਦਾ। ਸੋ ਹੁਣ ਝੋਲੀ ਕਿਹਦੇ ਲੱਡੂ ਪੈਣੇ ਨੇ ਭਾਸਕਰ ਸਾਹਿਬ, ਇਹ ਪਤਾ ਤਾਂ ਹੁਣ 4 ਜੂਨ ਨੂੰ ਲੱਗਣਾ, 1 ਜੂਨ ਨੂੰ ਮਾੜਾ ਮੋਟਾ ਅੰਦਾਜ਼ਾ ਜਿਹਾ ਆਪਾਂ ਨੂੰ ਹੋਜੂਗਾ, ਆਪਾਂ ਸ਼ਾਮ ਨੂੰ ਗੱਲ ਵੀ ਕਰਾਂਗੇ। ਹੁਣ ਮੈਂ ਅੱਗੇ ਵਧਾਂ, ਜੇ ਤੁਸੀਂ ਕੋਈ ਟਿੱਪਣੀ ਦੇਣੀ ਚਾਹੋ ਫਿਰ ਮੈਂ ਅੱਗੇ ਵਧਾਂ। ਜੀ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਜਦ ਮੈਂ ਜਿਸ ਤਰ੍ਹਾਂ ਅਸੀਂ ਗੱਲ ਦੀ ਸ਼ੁਰੂਆਤ ਵੀ ਕੀਤੀ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਨੈਰੇਟਿਵ ਸੈੱਟ ਨਹੀਂ, ਹਾਲਾਂਕਿ ਬੀਜੇਪੀ ਵਾਲੇ ਇਹ ਗੱਲ ਕਹਿ ਤੇ ਰਹੇ ਨੇ ਕਿ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਉਹ ਹੁੰਗਾਰਾ ਇਸ ਕਰਕੇ ਵੀ ਕਹਿੰਦੇ ਨੇ ਕਿ ਜਦ 22 ਜਨਵਰੀ ਨੂੰ ਰਾਮ ਮੰਦਿਰ ਦਾ ਉਦਘਾਟਨ ਹੋਇਆ ਸੀਗਾ ਤੇ ਇੱਦਾਂ ਦਾ ਹੁੰਗਾਰਾ ਦੇਖਿਆ ਗਿਆ ਕਿ ਉਹ ਸੇਮ ਹੁੰਗਾਰਾ ਹੁਣੇ ਵੀ ਹੈ। ਜੇ ਸਾਰੇ ਹੀ ਇੱਕ ਕਮਿਊਨਿਟੀ ਦੇ ਲੋਕ ਬੀਜੇਪੀ ਨੂੰ ਵੋਟ ਪਾ ਰਹੇ ਨੇ ਤੇ ਕਾਂਗਰਸ ਨੂੰ ਵੋਟ ਕੌਣ ਪਾਏਗਾ? ਯਾਨੀ ਇਹ ਸਾਰੀ ਗੱਲਾਂ ਹੈਗੀ। ਆਮ ਆਦਮੀ ਪਾਰਟੀ ਨੇ ਵੀ ਇੱਕ ਵੱਡਾ ਸ਼ੇਅਰ ਲਿੱਤਾ ਹੈ, ਉਸ ਸ਼ਹਿਰ ਦੇ ਵਿੱਚੋਂ ਲਿੱਤਾ ਹੈ। ਹੁਣ ਇਸ ਗੱਲ ਨੂੰ ਅਸੈਸ ਕਵਰ ਕਰ ਪਾਉਣਾ ਬਹੁਤ ਮੁਸ਼ਕਿਲ ਹੈ ਕਿ ਸਾਰੇ ਹੀ ਇੱਕ ਪਾਸੇ ਹੋ ਗਏ ਨੇ, ਸਾਰੇ ਹੀ ਭਾਜਪਾ ਨੂੰ ਵੋਟ ਪਾ ਰਹੇ ਨੇ। ਜੇ ਇੱਦਾਂ ਦੀ ਸਥਿਤੀ ਹੁੰਦੀ ਹੈ
ਫਿਰ ਤੇ ਭਾਜਪਾ ਦੀ ਜਿੱਤ ਤਕਰੀਬਨ ਨਿਸ਼ਚਿਤ ਹੈ ਕਿ ਸਾਰੇ ਵੋਟ ਉਹਨੂੰ ਪਾ ਰਹੇ ਨੇ। ਲੇਕਿਨ ਨਾ ਤੇ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਦੇਖਿਆ ਜਾ ਰਿਹਾ ਕਿ ਇੱਕੋ ਹੀ ਪਾਰਟੀ ਨੂੰ ਸਾਰੇ ਵੋਟ ਪਾ ਰਹੇ ਨੇ, ਇੱਕੋ ਹੀ ਕੈਂਡੀਡੇਟ ਨੂੰ ਵੋਟ ਪਾ ਰਹੇ ਨੇ। ਕਿਸੇ ਜਗ੍ਹਾ ਪਾਰਟੀ ਦੇ ਵਾਸਤੇ ਲੋਕਾਂ ਦਾ ਕਰੇਜ਼ ਹੈਗਾ ਤੇ ਫਿਰ ਕੈਂਡੀਡੇਟ ਨੂੰ ਦੇਖ ਕੇ ਉਹ ਕਰੇਜ਼ ਰੁਕ ਜਾਂਦਾ। ਕਿਸੇ ਜਗ੍ਹਾ ਕੈਂਡੀਡੇਟ ਦੀ ਆਪਣੀ ਪਹਿਚਾਣ ਬਹੁਤ ਅੱਛੀ ਹੈ ਕਿ ਉਹ ਪਾਰਟੀ ਨੂੰ ਦੇਖ ਕੇ ਲੋਕੀ ਕਹਿੰਦੇ ਨਹੀਂ ਪਾਰਟੀ ਨੂੰ ਨਹੀਂ ਦੇਣਾ ਬੰਦੇ ਨੂੰ ਦੇਣਾ, ਔਰ ਕਿਸੇ ਜਗ੍ਹਾ ਬੰਦੇ ਨੂੰ ਦੇਣਾ ਪਾਰਟੀ ਨੂੰ ਨਹੀਂ ਦੇਣਾ। ਯਾਨੀ ਇਹ ਵੀ ਇੱਕ ਸਥਿਤੀ ਬਣੀ ਹੋਈ ਹੈ। ਪਰ ਹਾਂ, ਅੱਜ ਦੀ ਡੇਟ ਵਿੱਚ ਜੇ ਨੈਰੇਟਿਵ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਔਰ ਸਰਕਾਰ ਨੇ ਕੁਛ ਫੈਸਿਲਿਟੀਜ਼ ਖਾਸ ਕਰਕੇ ਮੁਫ਼ਤ ਬਿਜਲੀ ਔਰ ਜਿਹੜਾ ਮੁਹੱਲਾ ਕਲੀਨਿਕ ਜਾਂ ਫਿਰ ਐਜੂਕੇਸ਼ਨ ਦੀ ਜਿਹੜੀ ਗੱਲਾਂ ਕੀਤੀਆਂ ਉਹਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਲੋਕਾਂ ਦੇ ਵਿੱਚ ਇੱਕ ਕਰੇਜ਼ ਜ਼ਰੂਰ ਹੈ ਕਿ ਇਹ ਚੀਜ਼ ਪਹਿਲੀ ਵਾਰ ਹੈ ਜਦ ਕਿਸੇ ਸਰਕਾਰ ਨੇ ਡਾਇਰੈਕਟ ਲੋਕਾਂ ਨੂੰ ਕੋਈ ਬੈਨੀਫਿਟ ਦਿੱਤਾ ਹੋਏ ਔਰ ਸਰਕਾਰ ਉਸ ਨੂੰ ਕੰਟੀਨਿਊ ਵੀ ਕਰ ਰਹੀ। ਹੁਣ ਭਗਵੰਤ ਮਾਨ ਉਹਨਾਂ ਕੱਲ੍ਹ ਕਹਿ ਵੀ ਰਹੇ ਸੀ ਕਿ ਬੜੀ ਛੇਤੀ 1,000 ਰੁਪਏ ਮਹਿਲਾਵਾਂ ਨੂੰ ਪਰ ਮੰਥ ਦੇਣਾ ਸ਼ੁਰੂ ਕਰ ਦਿੱਤਾ ਜਾਏਗਾ। 5-7 ਮਹੀਨੇ ਦੀ ਗੱਲ ਹੈਗੀ ਹੈ ਔਰ ਉਹ ਇਸ ਗੱਲ ਨੂੰ ਵੀ ਅਸ਼ੋਰ ਕਰਦੇ ਨੇ ਕਿ ਜਦ ਉਹ ਦੇਣਾ ਸ਼ੁਰੂ ਕਰਨਗੇ ਨਾ ਤੇ ਉਹ ਫਿਰ ਸਾਰੀ ਜ਼ਿੰਦਗੀ ਚੱਲੇਗਾ। ਹੁਣ ਇੱਦਾਂ ਦੇ ਹਾਲਾਤ ਦੇ ਵਿੱਚ ਜੇ ਨੈਰੇਟਿਵ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਫੇਵਰ ਦੇ ਵਿੱਚ ਇਹ ਗੱਲ ਤੇ ਜਾਂਦੀ ਹੈ ਕਿ ਲੋਕਾਂ ਨੂੰ ਕੁਛ ਇਸ ਸਰਕਾਰ ਦੇ ਵਿੱਚ ਮਿਲਿਆ। ਲੇਕਿਨ ਦੂਜੇ ਪਾਸੇ ਜੇ ਕੇਂਦਰ ਸਰਕਾਰ ਦੀ ਗੱਲ ਕਰੀਏ ਯਾਨੀ ਬੀਜੇਪੀ ਦੀ ਗੱਲ ਕਰੀਏ ਤੇ ਉੱਥੇ ਕਿਸੇ ਨਾ ਕਿਸੇ ਜਗ੍ਹਾ ਕਿਸਾਨਾਂ ਦਾ ਵਿਰੋਧ ਔਰ ਉਸ ਵਿਰੋਧ ਦੇ ਵਿੱਚ ਹੁਣ 1 ਜੂਨ ਤੋਂ ਪਹਿਲੇ ਕੋਈ ਸ਼ਾਂਤੀ ਆਉਂਦੀ ਹੈ ਜਾਂ ਫਿਰ ਪ੍ਰਧਾਨ ਮੰਤਰੀ ਦੇ ਵਿਜ਼ਿਟ ਦੇ ਵਿੱਚ ਕੋਈ ਮੁਲਾਕਾਤ ਕਿਸਾਨਾਂ ਨਾਲ ਹੁੰਦੀ ਹੈ ਤੇ ਕਿਸੇ ਗੱਲ ਕਿਸੇ ਜਗ੍ਹਾ ਕੋਈ ਗੱਲ ਬਣਦੀ ਹੈ। ਇਹ ਬੜੀ ਇੰਪੋਰਟੈਂਟ ਰੱਖਦਾ। ਫਿਲਹਾਲ 27 ਮਈ ਨੂੰ ਜਿਸ ਤਰੀਕੇ ਨਾਲ ਅਮਿਤ ਸ਼ਾਹ ਉਹਨਾਂ ਲੁਧਿਆਣੇ ਦੇ ਵਿੱਚ ਕੈਂਪੇਨ ਕਰਨ ਆ ਰਹੇ, 23-24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਆਪ ਪੰਜਾਬ ਦੇ ਵਿੱਚ 3 ਰੈਲੀਆਂ ਕਰਨ ਆ ਰਹੇ ਨੇ ਔਰ ਉਸ ਤੋਂ ਬਾਅਦ 5 ਰੈਲੀਆਂ ਦਾ ਹੋਰ ਪਲਾਨ ਹੈ। ਇੱਦਾਂ ਹੀ ਕਾਂਗਰਸ ਦੇ ਲੀਡਰਾਂ ਦਾ ਵੀ ਇਹ ਪਲਾਨ ਹੈ। ਲੇਕਿਨ ਕੇਜਰੀਵਾਲ ਉਹਨਾਂ ਦਾ ਵੀ 4-5 ਦਿਨ ਪੰਜਾਬ ਦੇ ਵਿੱਚ ਰਹਿਣਾ, ਉਹ ਵੀ ਖਾਸ ਕਰਕੇ 1 ਜੂਨ ਤੋਂ ਪਹਿਲੇ। ਇਹ ਸਾਰੀ ਗੱਲਾਂ ਦੇ ਵਿੱਚ ਹੁਣ ਆਖਰੀ ਟਾਈਮ ਦੇ ਵਿੱਚ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਉਸ ਨੈਰੇਟਿਵ ਨੂੰ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਇਹ ਪਹੁੰਚਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ, ਗੱਲ ਤਾਂ ਸਾਰੀ ਉੱਥੇ ਖੜੀ। ਬਿਲਕੁਲ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਭਾਸਕਰ ਸਾਹਿਬ। 23 ਜਾਂ 24 ਤਰੀਕ ਨੂੰ ਜਿੱਦਾਂ ਹੀ ਦਿੱਲੀ 'ਚ ਚੋਣ ਪ੍ਰਚਾਰ ਖਤਮ ਹੋਣਾ ਹੈ, ਤੁਰੰਤ ਅਰਵਿੰਦ ਕੇਜਰੀਵਾਲ ਪੰਜਾਬ ਆ ਸਕਦੇ ਨੇ। ਔਰ ਆਮ ਆਦਮੀ ਪਾਰਟੀ ਨੇ ਦੇਖੋ ਭਗਵੰਤ ਮਾਨ ਨੇ ਤਾਂ ਬਹੁਤ ਜ਼ੋਰ ਪੰਜਾਬ 'ਚ ਲਾਇਆ, ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ। ਅਤੇ ਹੁਣ ਨਰਿੰਦਰ ਮੋਦੀ ਅਮਿਤ ਸ਼ਾਹ ਨੇ ਵੀ ਪੰਜਾਬ 'ਚ ਬਹੁਤ ਜ਼ੋਰ ਲਾਉਣਾ, ਸੁਖਬੀਰ ਬਹੁਤ ਜ਼ੋਰ ਲਾ ਰਹੇ ਨੇ, ਕਾਂਗਰਸ ਦੇ ਜਿਹੜੇ ਜ਼ੋਰ ਲਾਉਣ ਵਾਲੇ ਵੱਡੇ ਲੀਡਰ ਸੀ ਉਹ ਖੁਦ ਚੋਣਾਂ ਲੜ ਰਹੇ ਨੇ, ਉੱਥੇ ਆਪਣੇ ਹਲਕਿਆਂ 'ਚ ਜ਼ੋਰ ਲਾ ਰਹੇ ਨੇ। ਹੁਣ ਹੈਲੀਕਾਪਟਰ ਲੈ ਲਿਆ ਕਿਰਾਏ 'ਤੇ, ਕਹਿੰਦੇ ਇਹ ਵੀ ਹੋ ਸਕਦੀ ਹੈ ਰਣਨੀਤੀ ਕਿ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਸੀਟਾਂ ਥੋੜ੍ਹੀਆਂ ਕਮਜ਼ੋਰ ਲੱਗਣ, ਆਮ ਆਦਮੀ ਪਾਰਟੀ ਉਹਨਾਂ ਸੀਟਾਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰੂਗੀ। ਔਰ ਇਹ ਵੀ ਹੋ ਸਕਦਾ ਆਉਂਦੇ ਦਿਨਾਂ 'ਚ ਕਿ ਭਗਵੰਤ ਮਾਨ ਪਿੰਡਾਂ 'ਚ ਚਲੇ ਜਾਣ। ਵੈਸੇ ਤਾਂ ਭਗਵੰਤ ਮਾਨ ਲਗਾਤਾਰ ਪਿੰਡਾਂ ਸ਼ਹਿਰਾਂ 'ਚ ਤੁਰੇ ਹੀ ਫਿਰਦੇ ਨੇ, ਆਪਾਂ ਦੇਖਦੇ ਹਾਂ ਉਹਨਾਂ ਦੇ ਵੀ ਰੋਡ ਸ਼ੋ, ਹਰ ਰੋਜ਼ ਭਗਵੰਤ ਮਾਨ ਸੜਕ 'ਤੇ ਹੁੰਦੇ ਨੇ। ਇਹ ਵੀ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਸ਼ਹਿਰਾਂ 'ਤੇ ਜ਼ੋਰ ਲਾਉਣ ਆਉਂਦੇ ਦਿਨਾਂ 'ਚ ਅਤੇ ਭਗਵੰਤ ਮਾਨ ਪਿੰਡਾਂ ਦਾ ਮੋਰਚਾ ਸਾਂਭ ਲੈਣ। ਆਮ ਆਦਮੀ ਪਾਰਟੀ 'ਚ ਵੀ ਰਣਨੀਤੀ ਬਣ ਰਹੀ ਹੈ। ਔਰ ਦਿੱਲੀ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ, ਮਲਕਿਆਰਜਨ ਖੜਗੇ ਔਰ ਪ੍ਰਿੰਕਾ ਗਾਂਧੀ ਨੂੰ ਪੰਜਾਬ ਲਿਆਂਦਾ ਜਾਊਗਾ। ਔਰ ਮਲਕਿਆਰਜਨ ਖੜਗੇ ਨੂੰ ਸ਼ਹਿਰਾਂ 'ਚ ਜ਼ਿਆਦਾ ਫੋਕਸ ਕਰਾਇਆ ਜਾਊਗਾ ਕਿਉਂਕਿ ਉਹ ਹਿੰਦੀ ਜ਼ਿਆਦਾ ਬੋਲਦੇ ਨੇ, ਮਲਕਿਆਰਜਨ ਖੜਗੇ। ਔਰ ਅਸੀਂ ਸਮਰਾਲੇ ਦੀ ਰੈਲੀ ਦੇਖੀ ਸੀ ਜਦੋਂ ਮਲਕਿਆਰਜਨ ਖੜਗੇ ਸਾਹਿਬ ਬੋਲ ਰਹੇ ਸੀ, ਜਦੋਂ ਕਾਂਗਰਸ ਨੇ ਬਹੁਤ ਵੱਡੀ ਇੱਕ ਵਰਕਰਾਂ ਦੀ ਮੀਟਿੰਗ ਰੱਖੀ ਸੀ, ਇੱਕ ਵਰਕਰ ਮੀਟਿੰਗ ਜਾਂ ਉਹਨਾਂ ਨੇ ਆਪਣੇ ਨਵੇਂ ਅਹੁਦੇਦਾਰਾਂ ਦੀ ਮੀਟਿੰਗ ਰੱਖੀ ਸੀ, ਵਲੰਟੀਅਰ ਮੀਟਿੰਗ ਰੱਖੀ ਸੀ, ਅਤੇ ਉਹ ਕੁਰਸੀਆਂ ਖਾਲੀ ਹੋ ਗਈਆਂ ਸੀ ਜਦੋਂ ਮਲਕਿਆਰਜਨ ਖੜਗੇ ਸਾਹਿਬ ਬੋਲ ਰਹੇ ਸੀ। ਸੋ ਮਲਕਿਆਰਜਨ ਖੜਗੇ ਜੀ ਨੂੰ ਉਹ ਸ਼ਹਿਰਾਂ 'ਚ ਲਿਆ ਸਕਦੇ ਨੇ ਇਸ ਵਾਰ ਆਮ ਕਾਂਗਰਸ ਪਾਰਟੀ ਵਾਲੇ। ਔਰ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ 'ਚ ਉਹਨਾਂ ਦੇ ਗੇੜੇ ਗੁੜੇ ਲਵਾ ਸਕਦੇ ਨੇ।
ਬੀਬੀ ਪ੍ਰਿੰਕਾ ਗਾਂਧੀ ਨੂੰ ਪਿੰਡਾਂ 'ਚ ਲਿਜਾ ਸਕਦੇ ਨੇ। ਸੋ ਇਸ ਤਰੀਕੇ ਦੀਆਂ ਯੋਜਨਾਵਾਂ ਬਣਾ ਰਹੇ ਨੇ। ਔਰ 24 ਮਈ ਨੂੰ ਨਵਾਂਸ਼ਹਿਰ 'ਚ ਬੀਬੀ ਮਾਇਆਵਤੀ ਜੀ ਵੀ ਆ ਸਕਦੇ ਨੇ। ਔਰ ਬੀਬੀ ਮਾਇਆਵਤੀ ਦੇ ਆਉਣ ਦੇ ਨਾਲ ਵੀ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਕਾਡਰ ਹੈ ਉਹ ਤਕੜਾ ਹੋ ਸਕਦਾ। ਔਰ ਜਲੰਧਰ 'ਚ ਜਿਹੜਾ ਸਮਾਜਿਕ ਅਲਾਇੰਸ ਦੇ ਕੈਂਡੀਡੇਟ ਨੇ ਬੀਬੀ ਖਾਲਸਾ ਜੀ, ਹਰਚੰਦ ਖਾਲਸਾ ਜੀ ਦੀ ਪਤਨੀ, ਉਹ ਕਵਰਿੰਗ ਕੈਂਡੀਡੇਟ ਸੀ, ਉਹਨਾਂ ਨੂੰ ਕੈਂਡੀਡੇਟ ਬਣਾਇਆ ਗਿਆ। ਔਰ ਇਸੇ ਤਰ੍ਹਾਂ ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਵਾਲੇ। ਸੋ ਇਹ ਸਾਰੇ ਬੜੇ ਸਰਗਰਮ ਹੋਏ ਪਏ ਨੇ। ਇਹਨਾਂ ਦੇ ਹੱਕ 'ਚ ਵੀ ਲਗਾਤਾਰ ਜਿਹੜੇ ਇਹਨਾਂ ਦੇ ਵੱਖ ਵੱਖ ਲੀਡਰ ਨੇ, ਵੱਖ ਵੱਖ ਸੰਸਥਾਵਾਂ ਨੇ, ਉਹ ਮੈਦਾਨ 'ਚ ਨਿਕਲੀਆਂ ਨੇ। ਸੋ ਮੁਕਾਬਲਾ ਆਉਂਦੇ ਦਿਨਾਂ 'ਚ ਸਾਨੂੰ ਹੋਰ ਤਿੱਖਾ ਦਿਖੂਗਾ। ਗਰਮੀ ਬਹੁਤ ਹੈ, ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ। ਸੋ ਗਰਮੀ 'ਚੋਂ ਆਪਣਾ ਜ਼ਰੂਰ ਖਿਆਲ ਰੱਖਣ ਸਾਰੇ, ਭਾਵੇਂ ਵੋਟਰ ਹੈ, ਭਾਵੇਂ ਸਪੋਰਟਰ ਹੈ ਅਤੇ ਭਾਵੇਂ ਕੈਂਡੀਡੇਟ ਹੈ। ਭਾਸਕਰ ਸਾਹਿਬ ਅੱਗੇ ਵਧੀਏ। ਮੰਤਰੀ ਕਹਿੰਦੇ ਪਿਛਲੀ ਵਾਰੀ ਬੀਜੇਪੀ ਨੇ ਪੁਰੀ ਸਾਹਿਬ ਨੂੰ ਬਣਾਇਆ, ਭਾਵੇਂ ਹਾਰ ਗਏ ਸੀ ਪਰ ਮੰਤਰੀ ਬਣਾਤੇ। ਉਹ ਠੀਕ ਹੈ ਗੱਲ ਕਿ ਪੁਰੀ ਸਾਹਿਬ ਸ਼ਹਿਰੀ ਵਿਕਾਸ ਮੰਤਰੀ ਤਾਂ ਸੀਗੇ, ਸ਼ਹਿਰੀ ਅਰਬਨ ਮਕਾਨਾਂ ਮਕੂਨਾਂ ਬਾਰੇ, ਲੇਕਿਨ ਉਹ ਪੰਜਾਬ 'ਚ ਕੋਈ ਐਡੀ ਵੱਡੀ ਦੇਣ ਦੇ ਨਹੀਂ ਸਕੇ। ਪੁਰੀ ਸਾਹਿਬ ਜੇ ਕੁਛ ਦਿੱਤਾ ਹੁੰਦਾ ਤਾਂ ਸੁਨੀਲ ਜਾਖੜ ਜ਼ਰੂਰ ਪ੍ਰਾਪਤੀਆਂ ਗਿਣਾਉਂਦੇ ਵੀ ਦੇਖੋ ਜੀ ਪੁਰੀ ਸਾਹਿਬ ਨੇ ਇੰਨਾ ਕੁਝ ਕਰਤਾ ਅੰਮ੍ਰਿਤਸਰ ਲਈ, ਪੰਜਾਬ ਲਈ। ਸੋਮ ਪ੍ਰਕਾਸ਼ ਜੀ ਵੀ ਪੰਜਾਬ ਲਈ ਕੋਈ ਬਹੁਤ ਵੱਡਾ ਕੰਮ ਕੀਤਾ ਹੋਵੇ, ਸੋਮ ਪ੍ਰਕਾਸ਼ ਜੀ ਨੇ, ਉਹ ਵੀ ਕੋਈ ਇੰਨਾ ਚੇਤੇ ਨਹੀਂ। ਆਪਣੇ ਹਲਕੇ ਲਈ ਤਾਂ ਉਹਨਾਂ ਨੇ ਚਲੋ ਜ਼ਰੂਰ ਕੀਤੇ ਹੋਣੇ ਨੇ, ਪਰ ਇਸ ਵਾਰ ਬੀਜੇਪੀ ਭਾਸਕਰ ਸਾਹਿਬ ਅਗਰ ਸਰਕਾਰ ਬਣਾ ਲੈਂਦੀ ਹੈ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਐਤਕੀ ਥੋਕ 'ਚ ਮੰਤਰੀ ਬੀਜੇਪੀ ਪੰਜਾਬ 'ਚੋਂ ਬਣਾਊਗੀ, ਕਿਉਂਕਿ ਬੀਜੇਪੀ ਦਾ ਟੀਚਾ ਇਹ ਹੈ ਕਿ ਅਸੀਂ ਪੰਜਾਬ 'ਚ ਆਪਣੀ ਸਰਕਾਰ ਬਣਾਉਣੀ ਹੈ 27 'ਚ। ਉਹਦੇ ਲਈ ਇੰਨੀ ਜ਼ਿਆਦਾ ਬੀਜੇਪੀ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਖੁੱਲ੍ਹਾ ਵੈਲਕਮ ਕਰ ਰਹੀ ਹੈ। ਹੁਣ ਕਹਿੰਦੇ 3-4 ਮੰਤਰੀ ਬਣਾ ਸਕਦੇ ਨੇ, ਕਿਹਨੂੰ ਕਿਹਨੂੰ ਬੀਜੇਪੀ ਪੰਜਾਬ 'ਚੋਂ ਮੰਤਰੀ ਬਣਾ ਸਕਦੀ ਹੈ ਜੇ ਬੀਜੇਪੀ ਦੀ ਸਰਕਾਰ ਬਣਦੀ ਹੈ? ਔਰ ਜੇ ਇੰਡੀਆ ਦੀ ਸਰਕਾਰ ਬਣਦੀ ਹੈ ਫਿਰ ਵੀ ਪੰਜਾਬ ਦੀ ਲਾਟਰੀ ਤੈਅ ਹੈ, ਕਿਉਂਕਿ ਇੰਡੀਆ ਗਠਜੋੜ ਦੀਆਂ ਦੋ ਪਾਰਟੀਆਂ ਨੇ, ਕਾਂਗਰਸ ਅਲੱਗ ਹੈ, ਆਪ ਅਲੱਗ ਹੈ। ਆਪ ਨੇ ਕਹਿਣਾ ਅਸੀਂ ਜ਼ਿਆਦਾ ਮੰਤਰੀ ਬਣਾਉਣੇ, ਕਾਂਗਰਸ ਨੇ ਕਹਿਣਾ ਅਸੀਂ ਜ਼ਿਆਦਾ ਮੰਤਰੀ ਬਣਾਉਣੇ। ਸੋ ਮੰਤਰੀ ਐਤਕੀ ਭਾਸਕਰ ਸਾਹਿਬ ਪੰਜਾਬ ਦੇ ਵਿੱਚ ਖੁੱਲ੍ਹੇ ਸਾਨੂੰ ਮਿਲਣਗੇ ਮੰਤਰੀ, ਮਤਲਬ ਝੋਲਾ ਭਰ ਕੇ ਮੰਤਰੀ ਪੰਜਾਬ ਨੂੰ ਮਿਲਣਗੇ, ਅਤੇ ਫਿਰ ਆਪਾਂ ਆਸ ਕਰ ਸਕਦੇ ਹਾਂ ਵੀ ਮੰਤਰੀ ਸਾਡੇ ਪੰਜਾਬ ਲਈ ਕੁਝ ਕਰਨਗੇ। ਇੱਕ ਮਨੀਸ਼ ਤਿਵਾੜੀ ਉਹਨਾਂ ਦਾ ਬਿਆਨ ਹੈ, ਆਪਾਂ ਉਹਦੇ 'ਤੇ ਵੀ ਜਾਵਾਂਗੇ। ਪਹਿਲਾਂ ਮੰਤਰੀ ਦੱਸੋ ਭਾਜੀ, ਦੋਨਾਂ ਪਾਰਟੀਆਂ ਦੇ ਕਿਹੜੇ ਕਿਹੜੇ ਮੰਤਰੀ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ? 2014 ਤੋਂ ਜਦ ਤੋਂ ਮੋਦੀ ਲਹਿਰ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ, ਇਹ ਮੋਦੀ ਲਹਿਰ ਕਦੀ ਵੀ ਨਹੀਂ ਦੇਖੀ ਗਈ। ਹੁਣ ਜਦ ਲਾਸਟ 2019 ਦੇ ਵਿੱਚ NDA ਗਠਬੰਧਨ ਯਾਨੀ ਅਕਾਲੀ ਦਲ ਔਰ ਭਾਜਪਾ ਨੂੰ ਮਿਲਾ ਲਈ ਹੈ ਤੇ 2 ਬੀਜੇਪੀ ਨੇ ਤੇ 2 ਅਕਾਲੀ ਦਲ ਨੇ ਸੀਟਾਂ ਜਿੱਤੀ ਸੀ। ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਪੰਜਾਬ ਤੋਂ ਮੰਤਰੀ ਵੀ ਬਣੇ ਸੀਗੇ, ਬਾਅਦ ਚੋਂ 2020 ਦੇ ਵਿੱਚ ਉਹਨਾਂ ਨੇ ਮੰਤਰਾਲਿਆ ਛੱਡਤਾ ਸੀਗਾ ਕਿਸਾਨੀ ਅੰਦੋਲਨ ਦੇ ਕੇਸ ਦੇ ਵਿੱਚ। ਹੁਣ ਅੱਜ ਇੱਦਾਂ ਦੀ ਸਥਿਤੀ ਹੈਗੀ ਹੈ ਕਿ 3-4 VIP ਕੈਂਡੀਡੇਟ। ਹੁਣ VIP ਦੀ ਗੱਲ ਕਰੀਏ, ਜਦ ਆਪਾਂ 3-4 ਕਹਿੰਦੇ ਹਾਂ ਨਾ ਤੇ ਫਿਰ ਬਾਕੀ ਜਿਹੜੇ 7 ਹੈਗੇ, 8 ਹੈਗੇ, 9 ਹੈਗੇ ਆ ਉਹ ਨਾਰਾਜ਼ ਹੋ ਜਾਂਦੇ ਨੇ ਕਿ ਵੀ ਅਸੀਂ VIP ਨਹੀਂ। ਹੁਣ ਦੱਸੋ ਕਿਹਨੂੰ ਆਪਾਂ ਘੱਟ ਆਖ ਸਕਦੇ ਹਾਂ? ਜੇ ਪ੍ਰਨੀਤ ਕੌਰ ਉਹਨਾਂ 5 ਵਾਰ ਦੀ MP ਹੈਗੇ ਨੇ, ਜੇ ਐਤਕੀ ਪਟਿਆਲੇ ਦੇ ਵਿੱਚੋਂ ਇਲੈਕਸ਼ਨ ਜਿੱਤ ਜਾਂਦੇ ਨੇ ਤੇ ਉਹਨਾਂ ਦਾ ਮੰਤਰੀ ਬਣਨਾ ਤੈਅ ਹੋਵੇ, ਔਰ ਜੇ ਸਰਕਾਰ BJP ਦੀ ਬਣਦੀ ਹੈ, ਜੇ ਉਹ ਹਾਰ ਵੀ ਜਾਂਦੇ ਨੇ ਤੇ ਫਿਰ ਉਹਨਾਂ ਦਾ ਕਲੇਮ ਵੀ ਉਹ ਪੱਕਾ ਲੱਗਦਾ ਹੈ 5 ਵਾਰ ਦੇ MP ਔਰ ਇੰਨੇ ਵੱਡੇ ਮੁੱਖ ਮੰਤਰੀ ਉਹਨਾਂ ਦੀ ਧਰਮ ਪਤਨੀ ਹੋਣ ਤੇ ਉਹਨਾਂ ਦਾ ਕਲੇਮ ਤੇ ਹੈਗਾ। ਹੁਣ ਅੰਮ੍ਰਿਤਸਰ ਦੇ ਬਾਰੇ 'ਚ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ, ਅਰੁਣ ਜੇਤਲੀ ਉਹਨਾਂ ਤੋਂ ਟਾਈਮ ਤੋਂ ਇੱਕ ਵਕਤ ਸ਼ੁਰੂ ਹੋਇਆ ਹੈ ਜਦ ਅੰਮ੍ਰਿਤਸਰ ਤੋਂ ਹਾਰ ਕੇ ਸਿੱਧਾ ਕੇਂਦਰ ਸਰਕਾਰ ਦੇ ਵਿੱਚ ਵੱਡਾ ਮੰਤਰੀ ਬਣਦੇ ਆ। ਉਸ ਤੋਂ ਬਾਅਦ ਹਰਦੀਪ ਪੁਰੀ ਉਹਨਾਂ, ਔਰ ਹੁਣ ਤਰਨਜੀਤ ਸਿੰਘ ਸੰਧੂ ਉਹਨਾਂ ਦੇ ਕੈਂਪੇਨ ਦੇ ਵਿੱਚ ਬਕਾਇਦਾ ਇਹ ਗੱਲ ਕੀਤੀ ਜਾ ਰਹੀ ਹੈ ਕਿ ਵੀ ਦੇਖੋ ਇਹਨਾਂ ਨੇ ਕੇਂਦਰ ਦੇ ਵਿੱਚ ਜਾ ਕੇ ਮੰਤਰੀ ਬਣਨਾ ਹੈ ਤੇ ਅੰਮ੍ਰਿਤਸਰ ਹੀ ਉਹ ਤੁਸੀਂ ਕਿਤੇ ਭੁੱਲ ਨਾ ਕਰ ਜਾਣਾ ਜਿਹੜੀ ਪਹਿਲੇ ਕੀਤੀ ਸੀਗੀ, ਐਤਕੀ ਜਿਤਾ ਕੇ ਭੇਜੋ ਮੰਤਰੀ ਤੇ ਇਹਨਾਂ ਨੇ ਬਣਨਾ ਹੀ ਬਣਨਾ। ਹੁਣ ਗੱਲ ਰਵਨੀਤ ਬਿੱਟੂ ਉਹਨਾਂ ਦੀ ਕਰੀਏ, ਅਮਿਤ ਸ਼ਾਹ ਉਹਨਾਂ ਨਾਲ ਖਾਸ ਉਹਨਾਂ ਦਾ ਪਿਆਰ ਹੈਗਾ, ਕਹਿੰਦੇ ਹੌਟਲਾਈਨ ਵੀ ਹੈਗੀ ਹੈ, ਸਿੱਧੀ ਗੱਲ ਕਰਦੇ ਨੇ
ਤੇ ਅਮਿਤ ਸ਼ਾਹ ਉਹਨਾਂ ਰਵਨੀਤ ਬਿੱਟੂ ਉਹਨਾਂ ਨੂੰ ਵੀ ਮੰਤਰੀ ਬਣਾ ਸਕਦੇ ਨੇ ਭਾਵੇਂ ਹਾਰਨ ਜਾਂ ਜਿੱਤਣ। ਸੁਨੀਲ ਜਾਖੜ ਉਹਨਾਂ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਅੰਦਰ ਖਾਤੇ ਕੋਈ ਨਾ ਕੋਈ ਤੇ ਅਸ਼ੋਰੈਂਸ ਦਿੱਤੀ ਹੋਏਗੀ ਰਿਜ਼ਲਟ ਜੋ ਵੀ ਆਏ ਤੁਹਾਨੂੰ ਰਾਜ ਸਭਾ ਤੋਂ ਲਿਆ ਕੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਆਪਾਂ ਬਣਾਉਣਾ ਹੀ ਬਣਾਉਣਾ। ਔਰ ਉਸ ਤੋਂ ਬਾਅਦ ਗੱਲ ਅਗਰ ਪਰਮਪਾਰ ਕੌਰ ਕਿਉਂਕਿ ਅਕਾਲੀ ਦਲ ਤੋਂ ਛੱਡ ਕੇ ਆਈ ਹੈ ਹੁਣ ਉਹ ਵੀ ਮੰਤਰੀ ਦੀ ਰੇਸ ਦੇ ਵਿੱਚ ਹੋ ਸਕਦੀ ਹੈ। ਬਾਕੀ 13 ਸੀਟਾਂ ਦੇ ਉੱਤੋਂ ਆਹ ਜਿਹੜੀ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ ਦੇ ਵਿੱਚ ਤਾਂ ਸਿੱਧੀ ਗੱਲ ਹੈਗੀ ਹੈ ਜੇ ਹਰਸਿਮਰਤ ਕੌਰ ਬਾਦਲ ਉਹਨਾਂ ਜਿੱਤ ਗਈ ਔਰ ਜੇ ਕਦੇ ਅਲਾਇੰਸ ਹੁੰਦਾ ਹੈ NDA ਦੇ ਵਿੱਚ ਵਾਪਸੀ ਹੁੰਦੀ ਹੈ ਤੇ ਫਿਰ ਉਹ ਮੰਤਰੀ ਬਣ ਸਕਦੀ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਨੇ BJP ਨੂੰ ਕ੍ਰਿਟੀਸਾਈਜ਼ ਕੀਤਾ ਸੀ, RSS ਨੂੰ ਕ੍ਰਿਟੀਸਾਈਜ਼ ਕੀਤਾ ਸੀ ਔਰ ਪ੍ਰਧਾਨ ਮੰਤਰੀ ਨੂੰ ਫੇਕੂ ਪ੍ਰਾਈਮ ਮਿਨਿਸਟਰ ਵੀ ਕਹਿਤਾ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ NDA ਦੇ ਵਿੱਚ ਛੇਤੀ ਕਿਤੇ ਵਾਪਸੀ ਲੱਗਦੀ ਤੇ ਨਹੀਂ। ਪਰ ਰਾਜਨੀਤੀ ਦੇ ਵਿੱਚ ਸਭ ਕੁਝ ਹੁੰਦਾ, ਰਾਤ ਨੂੰ ਤੁਸੀਂ ਕੋਈ ਬਿਆਨ ਕਿਸੇ ਦੇ ਖਿਲਾਫ਼ ਦਿੰਦੇ ਹੋ, ਸਵੇਰੇ ਉਸ ਪਾਰਟੀ ਦੇ ਵਿੱਚ ਸ਼ਾਮਿਲ ਵੀ ਹੋ ਜਾਂਦੇ ਹੋ। ਇੱਦਾਂ ਦੇ ਹਾਲਾਤ ਦੇ ਵਿੱਚ ਜੇ ਇੰਡੀਆ ਗਠਬੰਧਨ ਦੀ ਸਰਕਾਰ ਆਉਂਦੀ ਹੈ, ਤੁਸੀਂ ਇਹ ਦੇਖੋ ਕਿ ਰਾਜਾ ਵੜਿੰਗ ਉਹਨਾਂ 'ਚ ਜਿੱਤ ਜਾਂਦੇ ਨੇ, ਉਹਨਾਂ ਦਾ ਮੰਤਰਾਲੇ ਤੇ ਪੱਕਾ, ਕਿਉਂਕਿ ਰਾਹੁਲ ਗਾਂਧੀ ਉਹਨਾਂ ਦੇ ਇੱਕ ਫੋਨ ਤੇ ਅਗਲੇ ਰਾਜੀ ਹੋ ਗਏ ਸੀਗੇ ਵੀ ਮੈਂ ਲੁਧਿਆਣੇ ਜਾਊਂਗਾ ਬਿੱਟੂ ਦੇ ਸਾਹਮਣੇ। ਦੂਜੇ ਪਾਸੇ ਇੱਦਾਂ ਦੇ ਵੀ ਹਾਲਾਤ ਪੈਦਾ ਹੋ ਸਕਦੇ ਨੇ ਕਿ ਹੋਰ ਜਿਹੜੇ ਕੈਂਡੀਡੇਟ ਹੈਗੇ ਗੁਰਜੀਤ ਔਜਲਾ ਹੈਗੇ ਆ, ਜੇ ਦੁਬਾਰਾ MP ਬਣਦੇ ਨੇ, ਤੀਜੀ ਵਾਰ ਉਹਨਾਂ ਦੀ MPPAN ਹੋਏਗਾ, ਉਹਨਾਂ ਦਾ ਕਲੇਮ ਤੇ ਉਹਦੇ ਵਿੱਚ ਮੰਤਰੀ ਦੇ ਵਾਸਤੇ ਹੋਏਗਾ ਹੀ। ਹੁਣ 5 ਸੂਬੇ ਦੇ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਇਲੈਕਸ਼ਨ ਲੜ ਰਹੇ ਨੇ, ਜੇ ਉਹਨਾਂ ਵਿੱਚੋਂ ਜਿੱਤ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਤਾਂ ਵੱਡੀ ਕੁਰਸੀ ਉੱਥੇ ਚਾਹੀਦੀ ਹੋਏਗੀ ਨਾ। ਹੁਣ ਜਿਹੜੀ ਇੱਥੇ ਮੰਤਰੀ ਦੀ ਕੁਰਸੀ ਛੱਡ ਕੇ ਉੱਥੇ ਸਿਰਫ MP ਦੇ ਤੌਰ ਤੇ ਵਿਚਰਨਾ, ਉਹ ਮੈਨੂੰ ਲੱਗਦਾ ਹੈ ਕਿ ਭਾਵੇਂ ਟੈਕਨੀਕਲ ਤੌਰ ਤੇ ਤੇ ਪ੍ਰਮੋਸ਼ਨ ਹੈਗੀ ਹੈ ਪਰ ਕਿਸੇ ਨਾ ਕਿਸੇ ਜਾਤੀ ਤੌਰ ਦੇ ਉੱਤੇ ਉਹ ਡਿਮੋਸ਼ਨ ਜੀ ਵੀ ਲੱਗਦੀ ਹੈ ਕਿ ਵੀ ਇੱਥੇ ਦਾ ਮੰਤਰੀ ਤੇ ਉੱਥੇ ਸਿਰਫ MP ਬਣ ਕੇ ਅਗਰ ਉਹ ਵਿਚਰੇ ਤੇ ਤੁਹਾਨੂੰ ਪਤਾ ਹੈ ਕਿ ਵੀ ਟੌਰ ਕਿਹਦੇ ਵਿੱਚ ਹੁੰਦੀ ਹੈ, ਮੰਤਰੀ ਬਣਨ ਦੇ ਵਿੱਚ ਸੂਬੇ ਦੇ ਜਾਂ ਫਿਰ MP ਬਣਨ ਦੇ ਵਿੱਚ। ਤੇ ਇਹਦੇ ਵਿੱਚ ਤੇ ਖੈਰ ਚਲੋ ਬੈਠ ਕੇ ਫੈਸਲਾ ਹੋਏਗਾ ਕਿਉਂਕਿ ਇੰਡੀਆ ਬਲੋਕ ਦੀ ਅਗਰ ਸਰਕਾਰ ਆਈ ਤੇ ਮੰਤਰੀ ਦੇ ਦਾਅਵੇਦਾਰ ਬਹੁਤ ਸਾਰੇ ਨਿਕਲਣੇ ਆ, ਜਿਹਦੀ ਇੱਕ ਸੀਟ ਵੀ ਆਈ ਨਾ ਉਹ ਵੀ ਮੰਤਰੀ ਦਾ ਦਾਅਵੇਦਾਰ ਹੋਏਗਾ ਉਹਦੇ ਵਿੱਚ। ਤੇ ਇਸ ਕਰਕੇ ਹਜੇ ਇੰਡੀਆ ਗਠਬੰਧਨ ਦੇ ਵਿੱਚੋਂ ਪੰਜਾਬ ਦੇ ਕਿਹੜੇ ਕਿਹੜੇ ਮੰਤਰੀ ਬਣਦੇ ਨੇ ਉਹ ਤੇ ਬਾਅਦ 'ਚੋਂ ਪਤਾ ਲੱਗੇਗਾ, ਪਹਿਲੇ ਇਹ ਚੋਣਾਂ ਤੋਂ ਜਿੱਤਣ। ਹਾਂ, BJP ਦੇ ਕੇਸ ਦੇ ਵਿੱਚ ਇਹ ਗੱਲ ਪੱਕੀ ਹੈ, ਜਿਹੜੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਵਿੱਚ ਪੱਕੀ ਨਹੀਂ ਹੈ, ਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚੋਂ ਕੋਈ ਨਹੀਂ ਜਿੱਤਿਆ ਫਿਰ ਵੀ ਉਹਨਾਂ ਨੂੰ MP ਬਣਾ ਦਿੱਤਾ ਜਾਏਗਾ, ਇਹਦੇ ਚਾਂਸਿਸ ਘੱਟ ਹੈ। ਲੇਕਿਨ BJP ਦੇ ਵਿੱਚ ਜੇ ਨਾ ਵੀ ਜਿੱਤੇ ਔਰ ਜੇ ਸਰਕਾਰ BJP ਦੀ NDA ਦੀ ਬਣੀ ਤੇ ਉਹਦੇ ਵਿੱਚ 2-3 ਮੰਤਰੀ ਪੰਜਾਬ ਤੋਂ ਲਿੱਤੇ ਜਾ ਸਕਦੇ ਨੇ, ਕਿਉਂਕਿ ਟੀਚਾ ਹੈਗਾ 2027 ਤੋਂ ਪਹਿਲੇ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ BJP ਆਪਣੀ ਪ੍ਰੈਜੈਂਸ ਵਧਾਉਣੀ ਚਾਹੀਦੀ, ਲੀਡਰਸ਼ਿਪ ਵਧਾਉਣੀ ਚਾਹੀਦੀ। ਔਰ ਇਸ ਮਾਮਲੇ ਦੇ ਵਿੱਚ ਜਾਖੜ ਸਾਹਿਬ ਤੋਂ ਲੈ ਕੇ ਰਵਨੀਤ ਬਿੱਟੂ ਤੋਂ ਲੈ ਕੇ ਪ੍ਰਨੀਤ ਕੌਰ ਤੋਂ ਲੈ ਕੇ ਤਰਨਜੀਤ ਸਿੰਘ ਸੰਧੂ, ਇਹਨਾਂ ਚਾਰਾਂ ਦੇ ਚਾਂਸਿਸ ਪੂਰੇ ਹੈਗੇ ਨੇ ਕਿ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲੈ ਲਿੱਤਾ ਜਾਏ। ਬਿਲਕੁਲ ਜੀ, ਸੋ ਮੈਨੂੰ ਲੱਗਦਾ ਜੇ ਗੱਲ ਕਿਤੇ ਨਹੀਂ ਬਣਦੀ ਹੋਈ, ਆਪਸ 'ਚ ਸਹਿਮਤੀ ਨਹੀਂ ਬਣਦੀ ਤੇ ਘੜੇ 'ਚ ਪਰਚੀਆਂ ਪਾ ਲੈਣ, ਜਿਹਦਾ ਨਾਮ ਪਰਚੀ 'ਚੋਂ ਨਿਕਲ ਗਿਆ ਉਹਨੂੰ ਬਣਾ ਦੇਣ। ਇਹ ਵੀ ਕੰਮ ਆਪਣਾ ਪਿੰਡਾਂ ਵਾਲਿਆਂ ਦਾ ਦੇਸੀ ਤਰੀਕਾ ਹੁੰਦਾ ਵੀ ਆਪਾਂ ਘੜੇ 'ਚ ਪਰਚੀਆਂ ਪਾ ਲਈਦੀਆਂ ਜੀ, ਵੀ ਪਹਿਲਾਂ ਕਿਹਨੇ ਬੈਟਿੰਗ ਕਰਨੀ ਆ ਜਦੋਂ ਅਸੀਂ ਮੈਚ ਖੇਡਦੇ ਸੀ ਪਿੰਡਾਂ 'ਚ। ਭਾਸਕਰ ਸਾਹਿਬ, ਇਹ ਵੀ ਇੱਕ ਤਰ੍ਹਾਂ ਦੀ ਹੋੜ ਹੈ BJP ਦੇ ਵਿੱਚ ਅੰਮ੍ਰਿਤਸਰ ਦੀ ਸੀਟ ਲਈ, ਕਿ BJP ਨੇ ਪਿਛਲੀਆਂ 2 ਵਾਰੀ ਅੰਮ੍ਰਿਤਸਰ ਤੋਂ ਮੰਤਰੀ ਬਣਾਇਆ। ਸੋ BJP 'ਚ ਕਹਿੰਦੇ ਬੜਾ ਸੀਟ ਲਈ ਰੌਲਾ ਇਸ ਗੱਲ ਦਾ ਵੀ ਸੀ ਕਿ BJP ਦੀ ਆਪਾਂ ਅੰਮ੍ਰਿਤਸਰ ਦੀ ਟਿਕਟ ਲੈ ਲਈਏ, ਕਿਉਂਕਿ BJP ਹਾਰੇ ਨੂੰ ਵੀ ਮੰਤਰੀ ਬਣਾ ਦਿੰਦੀ ਹੈ। ਇਸ ਕਰਕੇ ਵੀ ਅੰਮ੍ਰਿਤਸਰ ਦੀ ਟਿਕਟ ਦੀ ਬਹੁਤ ਮਾਰਾਮਾਰੀ ਸੀ ਵੀ ਜੇ ਕਿਤੇ ਕੇਂਦਰ 'ਚ BJP ਆ ਗਈ ਅਸੀਂ ਭਾਵੇਂ ਜਿੱਤੀਏ ਭਾਵੇਂ ਹਾਰੀਏ ਅਸੀਂ ਮੰਤਰੀ ਬਣਾਂਗੇ। ਪਰ ਇਸ ਵਾਰ ਸੰਧੂ ਸਾਹਿਬ ਇਹ ਪ੍ਰਚਾਰ ਕਰ ਰਹੇ ਨੇ ਕਿ BJP ਵਾਲੇ ਮੰਤਰੀ ਤਾਂ ਦੇਖੋ ਬਣਾ ਹੀ ਦਿੰਦੇ ਨੇ, ਤੁਸੀਂ ਜਿਤਾ ਦਿਓ। ਸੋ ਬਾਕੀ ਦੇਖਦੇ ਹਾਂ ਹੁਣ ਕੀ ਫੈਸਲਾ ਹੁੰਦਾ। ਪਰ ਰਵਨੀਤ ਬਿੱਟੂ ਵੀ 3 ਵਾਰ ਦਾ MP ਹੈ, ਬੀਬੀ ਪ੍ਰਨੀਤ ਕੌਰ ਵੀ 4 ਵਾਰ ਦੇ MP ਨੇ, ਔਰ ਗੁਰਜੀਤ ਔਜਲਾ ਅਗਰ ਜਿੱਤਦੇ ਨੇ 3ਜੀ ਵਾਰ MP ਬਣਦੇ ਨੇ।
ਹਰਸਿਮਰਤ ਕੌਰ ਬਾਦਲ 4 ਵਾਰ ਦੇ ਉਹ ਵੀ MP ਬਣ ਜਾਣਗੇ ਅਗਰ ਜਿੱਤਦੇ ਨੇ। ਔਰ ਭਾਸਕਰ ਸਾਹਿਬ, ਅਸੀਂ ਤਾਂ ਦੋ ਸੰਭਾਵਨਾਵਾਂ ਕੀਤੀਆਂ ਵੀ ਜਾਂ ਇੰਡੀਆ ਗਠਜੋੜ ਅਤੇ ਜਾਂ NDA, ਜਾਂ ਮੋਦੀ ਸਾਹਿਬ ਦੀ ਸਰਕਾਰ ਜਾਂ ਇੰਡੀਆ ਗਠਜੋੜ ਦੀ। ਪਰ ਜੇ ਕਿਤੇ ਕੋਈ ਸਾਂਝਾ ਮੋਰਚਾ ਆ ਗਿਆ, ਸਾਂਝਾ ਮੋਰਚਾ ਵੀ ਆ ਸਕਦਾ ਨਾ ਵੀ ਕੁਝ ਪਾਰਟੀਆਂ NDA ਦੀਆਂ BJP ਨੂੰ ਛੱਡ ਦੇਣ, ਇੰਡੀਆ ਦੀਆਂ ਕਾਂਗਰਸ ਨੂੰ ਛੱਡ ਦੇਣ, ਕੋਈ ਨਵਾਂ ਹੀ ਵਿੱਚੋਂ ਤੀਸਰਾ ਆ ਜਾਵੇ। ਇਹ ਵੀ ਹੋਇਆ ਜਿਵੇਂ ਦੇਵਗੌੜਾ ਔਰ ਇੰਦਰ ਕੁਮਾਰ ਗੁਜਰਾਲ ਬਣੇ ਸੀ, ਉਹ ਤੀਜਾ ਮੋਰਚਾ ਆ ਗਿਆ ਸੀ ਸਾਂਝਾ ਮੋਰਚਾ। ਅਤੇ ਫਿਰ ਜੇ ਕਿਤੇ ਸਾਂਝੇ ਮੋਰਚੇ 'ਚ ਫਿਰ ਤਾਂ ਅਕਾਲੀਆਂ ਦਾ ਵੀ ਦਾਅ ਲੱਗ ਸਕਦਾ। ਅਕਾਲੀ ਹੁਣ ਨਾ BJP 'ਚ ਜਾਂਦੇ ਨਾ ਕਾਂਗਰਸ 'ਚ ਜਾਂਦੇ, ਪਰ ਸਾਂਝੇ ਮੋਰਚੇ ਤਾਂ ਅਕਾਲੀ ਦਲ ਨੂੰ ਮਾਫਕ ਨਹੀਂ। ਫਿਰ ਇਹ ਵੀ ਹੋ ਸਕਦਾ ਵੀ ਕਿਤੇ ਕੋਈ ਸਾਂਝੇ ਮੋਰਚੇ ਦੀ ਸਰਕਾਰ ਬਣੇ ਅਤੇ ਪਤਾ ਲੱਗੇ ਬੀਬੀ ਹਰਸਿਮਰਤ ਕੌਰ ਬਾਦਲ ਫਿਰ ਮੰਤਰੀ ਬਣ ਗਏ, ਫਿਰ ਬਾਦਲ ਪਿੰਡ 'ਚ ਝੰਡੀ ਵਾਲੀ ਕਾਰ ਦਿੱਲੀ ਤੋਂ ਆ ਜਾਵੇ। ਪਰ ਮੇਰਾ ਇਹ ਮੰਨਣਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਣ ਜਾਂ ਜਿਹੜੇ ਵੀ ਪੰਜਾਬ 'ਚ ਮੰਤਰੀ ਬਣਨ ਵਾਲੇ ਹੋਣ, ਐਤਕੀ ਥੋੜ੍ਹਾ ਸਟੈਂਡ ਲੈ ਲੈਣ ਵੀ ਅਸੀਂ ਕੋਈ ਬਾਹਲਾ ਛੋਟਾ ਜਿਹਾ ਮਹਿਕਮਾ ਨਹੀਂ ਲੈਣਾ, ਵੀ ਛੋਟਾ ਜਿਹਾ ਵੀ ਪ੍ਰੋਸੈਸਿੰਗ ਇੰਡਸਟਰੀ ਜਾਂ ਕੋਈ ਸਟੇਟ ਮਿਨਿਸਟਰੀ ਅਸੀਂ ਨਹੀਂ ਲੈਣੀ, ਸਾਨੂੰ ਵੱਡਾ ਅਹੁਦਾ ਚਾਹੀਦਾ। ਪੰਜਾਬ 'ਚ ਕੋਈ ਨਾ ਕੋਈ ਖੇਤੀਬਾੜੀ ਮੰਤਰੀ ਬਣ ਕੇ ਆਵੇ, ਪੰਜਾਬ ਦਾ ਲੀਡਰ ਕੋਈ ਨਾ ਕੋਈ ਇੰਡਸਟਰੀਅਲ ਮਿਨਿਸਟਰ ਬਣੇ। ਹਾਲਾਂਕਿ ਜਦੋਂ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਸੁਖਬੀਰ ਬਾਦਲ ਨੂੰ ਇੰਡਸਟਰੀ ਮਿਨਿਸਟਰ ਤਾਂ ਬਣਾਇਆ ਸੀ, ਪਰ ਉਹ ਸਟੇਟ ਬਣਾਇਆ ਸੀ ਮਿਨਿਸਟਰ, ਸਟੇਟ ਮਿਨਿਸਟਰ। ਸੋ ਕੈਬਨਿਟ ਮਿਨਿਸਟਰ ਸਾਡਾ ਕੋਈ ਇੰਡਸਟਰੀ ਵਾਲਾ ਬਣ ਜਾਵੇ, ਭਾਵੇਂ ਸਾਡਾ ਕੋਈ ਖੇਡਾਂ ਵਾਲਾ ਕੈਬਨਿਟ ਮਿਨਿਸਟਰ ਬਣ ਜਾਵੇ, ਭਾਵੇਂ ਕੋਈ ਸਾਡਾ ਐਗਰੀਕਲਚਰ ਮਿਨਿਸਟਰ ਬਣ ਜਾਵੇ ਕੈਬਨਿਟ, ਨਹੀਂ ਤਾਂ ਕੋਈ ਹੋਮ ਮਿਨਿਸਟਰ ਬਣ ਜਾਵੇ। ਪਰ ਹੋਮ ਮਿਨਿਸਟਰ ਦਾ ਕੋਈ ਫਾਇਦਾ ਨਹੀਂ, ਪੰਜਾਬ ਦੀ ਪੁਲਿਸ ਵੈਸੇ ਹੀ ਬਹੁਤ ਜ਼ਿਆਦਾ ਤਕੜੀ ਹੈ ਔਰ ਉਹ ਬਿਲਕੁਲ ਕਾਮਯਾਬ ਹੈ ਪੰਜਾਬ ਨੂੰ ਸੰਭਾਲਣ ਦੇ ਲਈ। ਪਰ ਸਵਾਲ ਇਹ ਹੈ ਕਿ ਚੰਗੀ ਮਿਨਿਸਟਰੀ ਪੰਜਾਬ 'ਚ ਆਵੇ ਅਗਰ ਕੋਈ ਵੀ ਸਰਕਾਰ ਬਣਦੀ ਹੈ, ਤਾਂ ਕਿ ਪੰਜਾਬ ਦੀ ਤਰੱਕੀ ਉਹਦੇ ਨਾਲ ਹੋ ਸਕੇ। ਹੁਣ ਭਾਸਕਰ ਸਾਹਿਬ, ਮੈਂ ਚੰਡੀਗੜ੍ਹ ਦਾ ਰੁੱਖ ਕਰਦਾ, ਮਨੀਸ਼ ਤਿਵਾੜੀ। ਜੀ ਜੀ ਜੀ, ਦੇਖੋ ਤੁਸੀਂ ਕਿਹਾ ਕਿ ਵੀ ਪੰਜਾਬ ਦੇ ਕੋਲ ਚੰਗਾ ਮੰਤਰਾਲਿਆ ਹੈ, ਕੁਛ ਪੋਲੀਟੀਸ਼ੀਅਨਸ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਦਾਅ ਚੱਲ ਜਾਂਦਾ ਹੈ। ਰਾਮ ਵਿਲਾਸ ਪਾਸਵਾਨ ਇੱਕ ਇਸ ਤਰ੍ਹਾਂ ਦੇ ਮੰਤਰੀ ਸੀਗੇ ਜਿਨ੍ਹਾਂ ਨੂੰ ਮੌਸਮੀ ਕਹਿੰਦੇ ਆ ਨਾ, ਕਿ ਜਿਸ ਤਰ੍ਹਾਂ ਮੌਸਮ ਦੇ ਵਿਸ਼ੇਸ਼ਕ ਹੁੰਦੇ ਨੇ, ਉਹ ਰਾਜਨੀਤਿਕ ਮੌਸਮ ਦੇ ਵਿਸ਼ੇਸ਼ਕ ਸੀਗੇ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਵੀ ਕਿਹਦੀ ਸਰਕਾਰ ਆਉਂਦੀ ਹੈ। ਤਾਂ ਉਸ ਹਰ ਸਰਕਾਰ ਦੇ ਵਿੱਚ ਯੂਨਾਈਟਿਡ ਫਰੰਟ ਦੀ ਸਰਕਾਰ ਆਏ ਤਾਂ ਮੰਤਰੀ ਸੀਗੇ, BJP ਦੀ ਆਈ ਤਾਂ ਮੰਤਰੀ ਸੀਗੇ, UPA ਦੀ ਆਈ ਤਾਂ ਮੰਤਰੀ ਸੀਗੇ। ਅਤੇ ਇੱਦਾਂ ਹੀ ਸਾਡੇ ਪੰਜਾਬ ਦੇ ਇੱਕ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਨੇ, ਉਹਨਾਂ ਨੂੰ ਵੀ ਇਹ ਸੂਹ ਲੱਗ ਜਾਂਦੀ ਹੈ। ਤੁਹਾਨੂੰ ਯਾਦ ਹੋਏਗਾ ਉਹ ਅਕਾਲੀ ਦਲ ਦੇ ਵਿੱਚ ਜਦ ਸ਼ਾਮਿਲ ਹੋਏ ਸੀ ਅਤੇ ਉਹ ਸਵੇਰੇ ਪਤਾ ਲੱਗਿਆ UP ਦੇ ਵਿੱਚ ਉਹ ਮੰਤਰੀ ਬਣ ਗਏ, ਜੇਲ੍ਹ ਮੰਤਰੀ ਉਹਨਾਂ ਨੂੰ ਉੱਥੇ ਬਣਾ ਦਿੱਤਾ ਗਿਆ ਸੀ ਮੁਲਾਇਮ ਸਿੰਘ ਯਾਦਵ ਉਹਨਾਂ ਦੇ ਸਰਕਾਰ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਵਿੱਚ। ਯਾਨੀ ਮੰਤਰੀ ਦਾ ਦਾਅ ਲਾਉਣਾ ਨਾ, ਇਹ ਅੰਦਰ ਦੀ ਗੱਲ ਵੀ ਹੁੰਦੀ ਹੈ। ਇਸ ਕਰਕੇ ਪੰਜਾਬ ਦੇ ਵਿੱਚੋਂ ਕਿਤੇ ਕੋਈ ਪ੍ਰਧਾਨ ਮੰਤਰੀ ਦਾ ਦਾਅ ਨਾ ਲੱਗ ਜਾਏ, ਔਰ ਲੱਗ ਵੀ ਸਕਦਾ ਹੈ ਕਿਉਂਕਿ ਕੰਪਰੋਮਾਈਜ਼ਿੰਗ ਕੈਂਡੀਡੇਟ ਦੀ ਲੋੜ ਹੁੰਦੀ ਹੈ। ਉਹਦੇ ਵਿੱਚ ਸਾਡੇ ਪੰਜਾਬੀ ਜੁਗਾੜਬਾਜ਼ੀ ਦੇ ਵਿੱਚ ਬਹੁਤ ਟ੍ਰੇਨਡ ਨੇ। ਔਰ ਜਿਹੜੀ ਗੱਲ ਤੁਸੀਂ ਕੀਤੀ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਮਿਨਿਸਟਰ ਮਿਲ ਜਾਏ, ਯਾਨੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਇੱਕ ਵਾਰ ਐਗਰੀਕਲਚਰ ਮਿਨਿਸਟਰ ਬਣੇ ਸੀ, ਪਰ ਐਗਰੀਕਲਚਰ ਮਿਨਿਸਟਰ ਬਣਨ ਤੋਂ ਪਹਿਲੇ ਉਹਨਾਂ ਨੂੰ ਮੁਰਾਰਜੀ ਦੇਸਾਈ ਸਰਕਾਰ ਦੇ ਵਿੱਚ ਜਹਾਜ਼ਰਾਨੀ ਮੰਤਰੀ ਬਣਾਇਆ ਸੀਗਾ। ਅਤੇ ਬਾਦਲ ਸਾਹਿਬ ਕਿਉਂਕਿ ਪਹਿਲੀ ਵਾਰ ਮੰਤਰੀ ਬਣੇ ਸੀ ਕੇਂਦਰ ਮੰਤਰੀ, ਅਤੇ ਜਦ ਉਹ ਪੰਜਾਬ ਵਿੱਚ ਆਏ ਅਤੇ ਉਹਨਾਂ ਦੇ ਯਾਰਾਂ ਦੋਸਤਾਂ ਨੇ ਮਜ਼ਾਕ ਜਿਹਾ ਉਡਾਉਣਾ ਸ਼ੁਰੂ ਕਰਤਾ ਜੀ, ਇਹ ਤੁਸੀਂ ਜਹਾਜ਼ਰਾਨੀ ਮੰਤਰੀ ਕੀ ਪੰਜਾਬ ਦਾ ਭਲਾ ਕਰੋਗੇ, ਇੱਥੇ ਨਾ ਸਮੁੰਦਰ ਨਾ ਕੋਈ ਟਾਪੂ, ਅਤੇ ਇਹਦੇ ਵਿੱਚ ਪੰਜਾਬ ਦਾ ਕੀ ਫਾਇਦਾ ਹੋਏਗਾ। ਅਤੇ ਮੁਰਾਰਜੀ ਦੇਸਾਈ ਤੱਕ ਕਿਸੇ ਤਰੀਕੇ ਨਾਲ ਖੱਬਿਓ ਸੱਜਿਓ ਇਹ ਗੱਲ ਪਹੁੰਚਾਈ ਗਈ ਵੀ ਤੁਸੀਂ ਸਾਨੂੰ ਐਗਰੀਕਲਚਰ ਮਿਨਿਸਟਰ ਬਣਾਓ, ਅਤੇ ਉਹ ਮੰਨ ਵੀ ਗਏ ਅਤੇ ਬਣਾ ਵੀ ਦਿੱਤਾ। ਅਤੇ ਫਿਰ ਵੀ ਉਹ ਪੰਜਾਬ ਦਾ ਬਹੁਤਾ ਭਲਾ ਉਸ ਵਕਤ ਵੀ ਨਹੀਂ ਕਰ ਪਾਏ ਸੀ, ਕਿਉਂਕਿ ਜਦ ਵੀ ਤੁਹਾਨੂੰ ਕੋਈ ਮੰਤਰਾਲਿਆ ਮਿਲਦਾ ਹੈ ਨਾ, ਤੁਸੀਂ ਆਪਣੇ ਸੂਬੇ ਨੂੰ ਉਹਦਾ ਕਿੱਦਾਂ ਫਾਇਦਾ ਪਹੁੰਚਾ ਸਕਦੇ ਹੋ, ਇਹਦਾ ਇੱਕ ਖਾਕਾ ਤਿਆਰ ਕਰਨਾ ਹੁੰਦਾ। ਔਰ ਉਸ ਖਾਕੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਹਜੇ ਤੱਕ ਬਣੇ ਹੋਏ ਮੰਤਰੀ ਉਹ ਕਿਸੇ ਨਾ ਕਿਸੇ ਜਗ੍ਹਾ ਉਹ ਕੰਮ ਨਹੀਂ ਕਰ ਪਾਏ ਜਿੰਨੀ ਉਹਨਾਂ ਤੋਂ ਅਪੇਕਸ਼ਾ ਸੀਗੀ। ਪਰ ਚਲੋ, ਹੁਣ ਮਨੀਸ਼ ਤਿਵਾਰੀ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ,
ਮਨੀਸ਼ ਤਿਵਾਰੀ ਹੋਣਾ, ਦੇਖੋ ਉਹਨਾਂ ਨੇ ਕੱਲ ਇੱਕ ਪੰਗਾ ਜਿਹਾ ਪਾਤਾ, ਉਹਨਾਂ ਨੇ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਉਣ ਦੀ ਗੱਲ ਕਰਤੀ। ਹੁਣ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਰਾਜਨੀਤੀ ਤੇ ਹੁੰਦੀ ਹੈ, ਉਹ ਰਾਜਨੀਤੀ ਮਨੀਸ਼ ਤਿਵਾਰੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਕਿਉਂਕਿ ਅੱਜ ਕੱਲ੍ਹ ਉਹ ਚੰਡੀਗੜ੍ਹ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਗੱਲ ਚੰਡੀਗੜ੍ਹ ਦੇ ਹੱਕ ਦੀ ਕਰਨਗੇ ਤਾਂ ਹੀ ਲੋਕੀ ਵੋਟ ਦੇਣਗੇ, ਉਹ ਕਰਤੀ ਉਹਨਾਂ ਨੇ ਹੱਕ, ਰੌਲਾ ਪੈ ਗਿਆ ਪੰਜਾਬ ਦੇ ਵਿੱਚ। ਉਹਨਾਂ ਦੇ ਆਪ ਦੇ ਕਾਂਗਰਸੀ ਇਹ ਕਹਿਣ ਲੱਗੇ ਵੀ ਚੰਡੀਗੜ੍ਹ ਹਮਾਰਾ ਹੈ, ਚੰਡੀਗੜ੍ਹ ਪੰਜਾਬ ਦਾ ਹੈ, ਰਹੇਗਾ ਪੰਜਾਬ ਦਾ, ਤੇ ਜਾਖੜ ਸਾਹਿਬ ਨੂੰ ਵੀ ਮੌਕਾ ਮਿਲ ਗਿਆ। ਭਾਵੇਂ ਉਹ ਜਾਖੜ ਸਾਹਿਬ ਨੇ ਅੱਜ ਤੱਕ ਮੋਦੀ ਸਾਹਿਬ ਨੂੰ ਕੋਈ ਚਿੱਠੀ ਚਾਠੀ ਪਾ ਕੇ ਚੰਡੀਗੜ੍ਹ ਲੈਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਸਾਨੂੰ ਨਹੀਂ ਪਤਾ, ਲੇਕਿਨ ਕਿਉਂਕਿ ਬਿਆਨ ਮਨੀਸ਼ ਤਿਵਾਰੀ ਦਾ ਸੀਗਾ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ, ਤੇ ਉਹਨਾਂ ਨੇ ਕਿਹਾ ਵੀ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਆਪਾਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰ ਸਕਦੇ, ਕਿਉਂਕਿ ਚੰਡੀਗੜ੍ਹ ਇੱਦਾਂ ਦਾ ਮੁੱਦਾ ਹੈਗਾ ਜਿਹੜੇ ਹਰ ਇਲੈਕਸ਼ਨ ਦੇ ਵਿੱਚ ਕੰਮ ਆਉਂਦਾ, ਤੇ ਅੱਗੇ ਚੱਲ ਕੇ ਮੇਰੇ ਖਿਆਲ ਨਾਲ 5 ਸਾਲ 10 ਸਾਲ 20 ਸਾਲ ਬਾਅਦ ਵੀ ਜਦ ਕਦੀ ਲੋਕ ਸਭਾ ਦੀਆਂ ਅਸੈਂਬਲੀ ਦੀ ਚੋਣਾਂ ਹੋਣਗੀਆਂ ਉਹਦੇ ਵਿੱਚ ਵੀ ਜਿਸ ਤਰੀਕੇ ਨਾਲ ਸਾਡੇ ਪੋਲੀਟੀਸ਼ੀਅਨ ਚੰਡੀਗੜ੍ਹ ਦੀ ਮੰਗ ਨੂੰ ਲੈ ਕੇ ਅੱਗੇ ਵੱਧ ਰਹੇ ਨਾ, ਤੇ ਲੱਗਦਾ ਹੈ ਕਿ ਇਹ ਮੁੱਦਾ ਹੋਰ 20-25 ਸਾਲਾਂ ਤੱਕ ਇੱਦਾਂ ਮੁੱਦਾ ਬਣ ਕੇ ਇਲੈਕਸ਼ਨਾਂ ਦੇ ਵਿੱਚ ਉਛਲਦਾ ਰਹੇਗਾ, ਕੁਛ ਹੋਣਾ ਹਵਾਣਾ ਨਹੀਂ। ਪਰ ਹਾਂ, ਮਨੀਸ਼ ਤਿਵਾਰੀ ਉਹਨਾਂ ਨੂੰ ਸਾਰਿਆਂ ਨੇ ਢਾਲਿਆ, ਆਪਣੇ ਦੇ ਕਾਂਗਰਸੀਆਂ ਨੇ ਵੀ, ਬੀਜੇਪੀ ਵਾਲਿਆਂ ਨੇ ਵੀ, ਆਮ ਆਦਮੀ ਪਾਰਟੀ ਵਾਲਿਆਂ ਨੇ ਵੀ, ਕਿਉਂਕਿ ਬਿਆਨ ਹੀ ਇੱਦਾਂ ਦਾ ਦਿੱਤਾ ਕਿ ਵੀ ਚੰਡੀਗੜ੍ਹ ਦੇ ਉੱਤੇ ਸਾਡਾ ਹੱਕ, ਸਾਡਾ ਕਲੇਮ ਕਮਜ਼ੋਰ ਕਰਨ ਵਾਲਾ ਉਹ ਬਿਆਨ ਸੀਗਾ। ਦੇਖੋ, ਪਰ ਮੈਂ ਨਾਲ ਦੀ ਨਾਲ ਇਹ ਵੀ ਕਹੂੰਗਾ ਭਾਸਕਰ ਸਾਹਿਬ ਕਿ ਕਾਂਗਰਸ ਭਾਵੇਂ ਪੰਜਾਬ ਦੇ ਲੀਡਰ ਕਹੀ ਜਾਣ, ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਰਹੂਗਾ, ਪਰ ਕਾਂਗਰਸ ਨੇ ਹੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਬਣਾਇਆ ਸੀ, ਇਹ ਤਾਂ ਸਾਰੀ ਦੁਨੀਆਂ ਜਾਣਦੀ ਹੈ। ਪਰ ਭਾਵੇਂ ਜਾਖੜ ਸਾਹਿਬ ਕਹੀ ਜਾਣ ਕਿ ਚੰਡੀਗੜ੍ਹ ਪੰਜਾਬ ਦਾ ਹੈ, ਪੰਜਾਬ ਦਾ ਸੀ, ਪੰਜਾਬ ਦਾ ਰਹੇਗਾ, ਪਰ ਕੀ ਜਾਖੜ ਸਾਹਿਬ ਦੀ ਐਡੀ ਪੋਲੀਟੀਕਲ ਹੈਸੀਅਤ ਹੈ ਕਿ ਉਹ ਨਰਿੰਦਰ ਮੋਦੀ ਸਾਹਿਬ ਦੇ ਸਾਹਮਣੇ ਇਹ ਮੰਗ ਰੱਖ ਦੇਣ ਕਿ ਮੋਦੀ ਸਾਹਿਬ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ। ਸੋ ਇਸ ਕਰਕੇ ਇਹ ਹੁਣ ਮੈਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਦਾ, ਇਹਨਾਂ ਨੇ ਵੀ ਮਤਾ ਪਾਸ ਕਰਤਾ ਸੀ, ਕਹਿੰਦੇ ਜੀ ਚੰਡੀਗੜ੍ਹ ਪੰਜਾਬ ਦਾ ਅਸੀਂ ਲੈ ਕੇ ਰਵਾਂਗੇ। ਭਾਅ ਜੀ, ਕਿੱਦਾਂ ਲੈ ਕੇ ਰਹਿਣਗੇ? ਕੋਈ ਯਤਨ ਤਾਂ ਨਜ਼ਰ ਆਉਣ, ਕੋਈ ਯਤਨ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੇ ਨਜ਼ਰ ਨਹੀਂ ਆਉਂਦੇ? ਕੀ ਜਾਖੜ ਸਾਹਿਬ ਨੇ ਕਦੀ ਚਿੱਠੀ ਲਿਖੀ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ? ਅਗਰ ਜਾਖੜ ਸਾਹਿਬ ਨੇ ਕਦੀ ਚਿੱਠੀ ਲਿਖੀ ਹੈ ਕਿ ਮੋਦੀ ਸਾਹਿਬ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ, ਤੇ ਜਾਖੜ ਸਾਹਿਬ ਅੱਜ ਟਵੀਟ ਕਰ ਦੇਣ ਉਹ ਚਿੱਠੀ, ਅਸੀਂ ਮੰਗ ਕਰਾਂਗੇ ਫਿਰ ਕਿ ਜਾਖੜ ਸਾਹਿਬ ਨੂੰ ਭਾਰਤ ਰਤਨ ਦਿੱਤਾ ਜਾਵੇ ਜੀ, ਇਹਨਾਂ ਨੇ ਐਡੀ ਵੱਡੀ ਮੰਗ ਪੰਜਾਬ ਲਈ ਕੀਤੀ ਹੈ, ਕੋਈ ਚਿੱਠੀ ਚੁੱਠੀ ਜਾਖੜ ਸਾਹਿਬ ਕਰ ਦਿਓ ਪੋਸਟ ਅੱਜ ਸੋਸ਼ਲ ਮੀਡੀਆ 'ਤੇ। ਸੋ ਇਸ ਕਰਕੇ ਪੰਜਾਬ ਨੂੰ ਚੰਡੀਗੜ੍ਹ ਦਵਾਉਣ ਲਈ ਭਾਸਕਰ ਸਾਹਿਬ ਕਿਸੇ ਨੇ ਹਮਲਾ ਮਾਰਿਆ ਹੀ ਨਹੀਂ। ਮੈਂ 2-3 ਦਿਨ ਪਹਿਲਾਂ ਵੀ ਇਹ ਗੱਲ ਕੀਤੀ, ਮੈਨੂੰ ਇੱਕ ਸਾਥੀ ਪੱਤਰਕਾਰ ਦਾ ਫੋਨ ਵੀ ਆਇਆ ਕਿ ਡੱਲਾ ਸਾਹਿਬ ਜੇ ਚੰਡੀਗੜ੍ਹ ਪੰਜਾਬ ਨੂੰ ਆ ਜੂ ਤਾਂ ਕੀ ਫਾਇਦਾ ਹੋਜੂ ਪੰਜਾਬ ਦਾ? ਹਾਂਜੀ, ਫਿਰ ਪੰਜਾਬ ਦਾ ਇਹ ਫਾਇਦਾ ਹੋਜੂ ਕਿ ਜਿਹੜੀ ਸਾਂਝੀ ਰਾਜਧਾਨੀ ਹੈ ਉਹ ਸਾਡੀ ਇਕੱਲੇ ਪੰਜਾਬ ਦੀ ਰਾਜਧਾਨੀ ਹੋਜੂ, ਔਰ ਚੰਡੀਗੜ੍ਹ ਦੇ ਜ਼ਰੀਏ ਅਸੀਂ ਦੁਨੀਆ ਭਰ 'ਚ ਪੰਜਾਬ ਦੇ ਟੂਰਿਜ਼ਮ ਨੂੰ ਵਿਕਸਿਤ ਕਰ ਸਕਾਂਗੇ। ਅਸੀਂ ਚੰਡੀਗੜ੍ਹ ਤੋਂ ਸੇਧ ਲੈ ਕੇ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਹਰਿਆਵਲ ਕਰ ਸਕਦੇ ਹਾਂ। ਅਸੀਂ ਚੰਡੀਗੜ੍ਹ ਜਦੋਂ ਪੰਜਾਬ 'ਚ ਸ਼ਾਮਿਲ ਕਰਾਵਾਂਗੇ ਤਾਂ ਚੰਡੀਗੜ੍ਹ ਵਰਗਾ ਜਿਹੜਾ ਪ੍ਰਸ਼ਾਸਨਿਕ ਤਜਰਬਾ ਹੈ ਉਹ ਅਸੀਂ ਪੰਜਾਬ 'ਚ ਲਾਗੂ ਕਰ ਸਕਾਂਗੇ। ਦੂਸਰਾ, ਜਦੋਂ ਕਿਸੇ ਵੀ ਘਰ 'ਚ ਇੱਕ ਕਮਰਾ ਨਵਾਂ ਪੈਂਦਾ ਉਹਦੇ ਨਾਲ ਸੁੱਖ ਤਾਂ ਮਿਲਦਾ ਹੀ ਹੈ ਨਾ ਜੀ, ਹੋਰ ਨਹੀਂ, ਅਸੀਂ ਬੈਠਕ 'ਚ ਕਿਸੇ ਆਏ ਗਏ ਨੂੰ ਠਹਿਰਾ ਦਿੰਦੇ ਹਾਂ, ਸਾਡੇ ਮਹਿਮਾਨ ਸੌਖੇ ਹੋ ਜਾਂਦੇ ਨੇ। ਸੋ ਚੰਡੀਗੜ੍ਹ ਜਦੋਂ ਪੂਰਨ ਰੂਪ 'ਚ ਪੰਜਾਬ ਦਾ ਹੋਜੂ ਤਾਂ ਅਸੀਂ ਆਪਣੇ ਬੱਚਿਆਂ ਨੂੰ ਇਹ ਪੜ੍ਹਾਵਾਂਗੇ ਫਿਰ ਵੀ ਤੁਸੀਂ ਚੰਡੀਗੜ੍ਹ ਨੂੰ ਸਾਂਝੀ ਰਾਜਧਾਨੀ ਨਹੀਂ ਕਹਿਣਾ, ਫਿਰ ਤੁਸੀਂ ਕਹਿਣਾ ਚੰਡੀਗੜ੍ਹ ਕੇਵਲ ਪੰਜਾਬ ਦੀ ਰਾਜਧਾਨੀ ਹੈ। ਸੋ ਫਰਕ ਬਹੁਤ ਜ਼ਿਆਦਾ ਪੈ ਜਾਂਦੇ ਨੇ, ਸਾਡੇ ਪੰਜਾਬ ਦਾ ਖੇਤਰਫਲ ਵੱਧ ਜੂਗਾ, ਸਾਡੇ ਪੰਜਾਬ ਦਾ ਦੁਨੀਆ ਦੇ ਵਿੱਚ ਟੂਰਿਜ਼ਮ ਦੇ ਨਕਸ਼ੇ 'ਤੇ ਦਬਦਬਾ ਬਣ ਜੂਗਾ। ਔਰ ਉਂਝ ਜਿਹੜਾ ਪੰਜਾਬ ਪੁਨਰਗਠਨ ਕੀਤਾ ਸੀ ਉਹ ਵੀ ਕਾਂਗਰਸ ਨੇ ਕੀਤਾ ਸੀ, ਸੋ ਕਈ ਪੁਆੜਿਆਂ ਦੀ ਜੜ੍ਹ ਤਾਂ ਕਾਂਗਰਸ ਪਾਰਟੀ ਰਹੀ ਹੈ। ਅਤੇ ਜਦੋਂ ਕਾਂਗਰਸ ਦੇ ਲੀਡਰ ਇਹ ਕਹਿੰਦੇ ਨੇ ਨਾ ਜੀ
ਕਿ ਚੰਡੀਗੜ੍ਹ ਸਾਡਾ ਹੈ, ਅਤੇ ਭਾਸਕਰ ਸਾਹਿਬ ਹਾਸਾ ਜਿਹਾ ਵੀ ਆਉਂਦਾ ਕਈ ਵਾਰੀ ਕਿ ਇਹ ਬੜੇ ਨਦਾਨ ਨੇ ਸਾਡੇ ਲੀਡਰ, ਦੇਖੋ ਕਾਂਗਰਸ ਵਾਲੇ, ਹੈਂਜੀ, ਸੋ ਇਹ ਬੜੇ ਨਦਾਨ ਨੇ, ਸਾਰੇ ਲੋਕ ਅਵੇਅਰ ਨੇ। ਇਸ ਕਰਕੇ ਕਾਂਗਰਸੀਆਂ ਨੂੰ ਬੇਨਤੀ ਹੈ, ਆਮ ਆਦਮੀ ਪਾਰਟੀ ਨੂੰ ਵੀ ਬੇਨਤੀ ਹੈ, ਅਤੇ ਬੀਜੇਪੀ ਵਾਲਿਆਂ ਨੂੰ ਵੀ ਜੇ ਤੁਸੀਂ ਚੰਡੀਗੜ੍ਹ ਪੰਜਾਬ ਨੂੰ ਦਵਾਉਣਾ ਅਤੇ ਕੋਈ ਇਹੋ ਜਿਹਾ ਸੰਘਰਸ਼ ਕਰੋ ਜਿਹਦੇ ਨਾਲ ਪੰਜਾਬੀ ਭਰੋਸਾ ਕਰ ਸਕਣ ਕਿ ਤੁਸੀਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਚਾਹੁੰਦੇ ਹੋ। ਚੰਡੀਗੜ੍ਹ ਦਾ ਪ੍ਰਕਾਸ਼ ਸਿੰਘ ਬਾਦਲ ਨਹੀਂ ਪੰਜਾਬ ਨੂੰ ਲੈ ਕੇ ਦੇ ਸਕੇ, ਜਦਕਿ ਅੱਜ ਅਕਾਲੀ ਦਲ ਫਿਰ ਉਹਨਾਂ ਮੁੱਦਿਆਂ 'ਤੇ ਆ ਗਿਆ ਵੀ ਅਸੀਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਪੂਰੀ ਚੱਲਦੀ ਸੀ ਸੈਂਟਰ 'ਚ, ਜਦੋਂ ਇੰਦਰ ਕੁਮਾਰ ਗੁਜਰਾਲ ਦੇ ਪੁੱਤ ਨੂੰ ਆਪਾਂ ਰਾਜ ਸਭਾ ਦਿੱਤੀ ਮਾਣ ਕਰਕੇ, ਜਦੋਂ ਆਪਾਂ ਕੇਂਦਰ ਦੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਖਾਸ ਤਵੱਜੋ ਦਿੰਦੇ ਸੀ ਵੀ ਦੇਖੋ ਜੀ ਸੰਯੁਕਤ ਮੋਰਚੇ ਦੀ ਸਰਕਾਰ ਦੇ ਮੰਤਰੀ ਆਏ, ਪ੍ਰਧਾਨ ਮੰਤਰੀ ਸਾਹਿਬ ਆਏ, ਜਦੋਂ ਅਟਲ ਬਿਹਾਰੀ ਵਾਜਪੇਈ ਦੇ ਨਾਲ ਬੈਠਦੇ ਸੀ ਪ੍ਰਕਾਸ਼ ਸਿੰਘ ਬਾਦਲ, ਜਦੋਂ ਜਾਰਜ ਫਰਨਾਂਡਿਸ NDA ਦੇ ਚੇਅਰਪਰਸਨ ਸੀ, ਉਦੋਂ ਪ੍ਰਕਾਸ਼ ਸਿੰਘ ਬਾਦਲ ਨਹੀਂ ਪੰਜਾਬ ਨੂੰ ਚੰਡੀਗੜ੍ਹ ਲੈ ਕੇ ਦੇ ਸਕੇ। ਅਤੇ ਜਿਹੜੇ ਅੱਜ ਦੇ ਲੀਡਰ ਨੇ ਭਾਸਕਰ ਸਾਹਿਬ, ਮੈਂ ਕਿਸੇ ਨੂੰ ਕੋਈ ਕੌੜਾ ਸ਼ਬਦ ਨਹੀਂ ਬੋਲਣਾ, ਅੱਜ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਤਾਂ ਬੱਚੇ ਹੀ ਆ ਨਾ ਉਮਰ 'ਚ। ਪਰ ਜਿਹੜੀ ਮਨੀਸ਼ ਤਿਵਾੜੀ ਨੇ ਗੱਲ ਕੀਤੀ ਹੈ, ਅਗਰ ਮਨੀਸ਼ ਤਿਵਾੜੀ ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਪੂਰਾ ਹੱਕ ਹੈ ਉਹ ਚੰਡੀਗੜ੍ਹ ਦੇ ਹੱਕ ਦੀ ਗੱਲ ਤਾਂ ਕਰਨ। ਜਦੋਂ ਚੰਡੀਗੜ੍ਹ ਬਣੀ UT ਗਈ, ਜਦੋਂ ਚੰਡੀਗੜ੍ਹ ਹੈ ਹੀ ਯੂਨੀਅਨ ਟੈਰੀਟਰੀ ਹੈ, ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ, ਕਾਂਗਰਸ ਵਾਲਿਆਂ ਨੇ ਚੰਡੀਗੜ੍ਹ ਸਮਝੌਤਾ ਕਰ ਲਿਆ, ਪੰਜਾਬ 'ਚ ਕੀਤਾ ਹੀ ਨਹੀਂ। ਉੱਦਣ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸੰਕੇਤ ਦਿੱਤਾ ਸੀ ਵੀ ਚੰਡੀਗੜ੍ਹ ਵੱਖਰਾ ਜੀ। ਤੁਸੀਂ ਦੱਸੋ ਭਾਸਕਰ ਸਾਹਿਬ, ਅਕਾਲੀ ਦਲ ਨੇ ਕੈਂਡੀਡੇਟ ਹੀ ਨਹੀਂ ਖੜਾ ਕੀਤਾ ਚੰਡੀਗੜ੍ਹ, ਹੁਣ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਚੰਡੀਗੜ੍ਹ ਲਈ ਸੰਘਰਸ਼ ਕਰਾਂਗੇ। ਉਹ ਭਾਈ ਕੋਈ ਮੈਂਬਰ ਪਾਰਲੀਮੈਂਟ ਹੀ ਉੱਥੇ ਉਤਾਰ ਦਿੰਦੇ, ਤੁਹਾਡਾ ਸੰਘਰਸ਼ ਨਜ਼ਰ ਆਉਂਦਾ। ਅਖੀਰ 'ਚ ਤੁਸੀਂ ਆਪਣੇ ਕਮੈਂਟਸ ਦੇ ਨਾਲ ਮੈਂ ਚਾਹੂੰਗਾ ਕਿ ਪ੍ਰੋਗਰਾਮ ਦੀ ਸਮਾਪਤੀ ਕਰੋ। ਦੇਖੋ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਰਾਜਨੀਤੀ ਹੋ ਰਹੀ ਹੈ, ਕਿਉਂਕਿ ਚੰਡੀਗੜ੍ਹ ਸਾਡਾ ਹੈ। ਅੱਜ ਤੱਕ ਪੂਰੇ ਭਾਰਤ ਦੇ ਵਿੱਚ ਜਦ ਵੀ ਕਿਸੇ ਸਟੇਟ ਦੇ ਵਿੱਚੋਂ ਕੋਈ ਹੋਰ ਸਟੇਟ ਨਿਕਲਦੀ ਹੈ ਤੇ ਪੇਰੈਂਟ ਸਟੇਟ ਨੂੰ ਉਹ ਰਾਜਧਾਨੀ ਜਿਹੜੀ ਹੁੰਦੀ ਹੈ ਉਹ ਮਿਲਦੀ ਹੈ। ਸਿਰਫ ਪੰਜਾਬ ਨਾਲ ਹੀ ਇੱਦਾਂ ਦੇ ਕਿਉਂ ਵਿਤਕਰੇ ਹੋਏ? ਜਦ ਇਹ ਰੀਓਰਗਨਾਈਜੇਸ਼ਨ ਹੋਇਆ ਸੀਗਾ ਪੰਜਾਬ ਹਰਿਆਣਾ ਦਾ, ਤਦ ਵੀ ਇਹ ਗੱਲ ਤੁਰੀ ਸੀਗੀ ਹਰਿਆਣਾ ਨੂੰ 10 ਕਰੋੜ ਦਾ ਚੈੱਕ ਦਿੱਤਾ ਗਿਆ ਸੀ ਉਸ ਵਕਤ, ਔਰ 10 ਕਰੋੜ ਦਾ ਇੰਟਰਸਟ ਫ੍ਰੀ ਲੋਨ ਦੇਣ ਦੀ ਵੀ ਗੱਲ ਚੱਲੀ ਸੀ ਵੀ ਤੁਸੀਂ ਆਪਣੀ ਰਾਜਧਾਨੀ ਬਣਾਓ। ਚੈੱਕ ਲੈ ਵੀ ਲਿਆ ਸੀ ਉਹਨਾਂ ਨੇ, ਬਾਅਦ 'ਚੋਂ ਵਾਪਸ ਕਰਤਾ, ਪਰ ਉਹਨਾਂ ਨੇ ਆਪਣੀ ਰਾਜਧਾਨੀ ਨਹੀਂ ਬਣਾਈ। ਹੁਣ ਸਾਨੂੰ ਫਾਇ ਹੁਣ ਜਿੱਦਾਂ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਗੱਲ ਹੀ ਤਦ ਹੁੰਦੀ ਹੈ ਜਦ ਕੋਈ ਮੁੱਦਾ ਇੱਦਾਂ ਦਾ ਖੜਾ ਹੁੰਦਾ ਵੀ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨੇ ਕੁਛ ਉਹਨਾਂ ਨੂੰ ਹਾਈਕੋਰਟ ਵੱਖਰਾ ਦੇਣ ਦੀ ਗੱਲ ਕੀਤੀ, ਇਸ ਰਾਜਧਾਨੀ ਜਾਂ ਫਿਰ ਅਸੈਂਬਲੀ ਵੱਖਰੀ ਦੇਣ ਦੀ ਗੱਲ ਕੀਤੀ। ਮੈਨੂੰ ਲੱਗਦਾ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਇਸ ਇਲੈਕਸ਼ਨ ਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਲੋਕਾਂ ਨੂੰ ਜਵਾਬ ਮੰਗਣੇ ਚਾਹੀਦੇ ਹੈ ਕਿ ਵੀ ਦੱਸੋ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਤੁਹਾਡਾ ਕੀ ਸਟੈਂਡ ਹੈ। ਲਿਖ ਕੇ ਦਿਓ ਕਿ ਜੇ ਤੁਹਾਨੂੰ ਕਿਸੇ ਵੀ MP ਨੂੰ ਇਲੈਕਸ਼ਨ ਜਿਤਾਉਣਾ ਹੈ ਕਿ ਲਿਖ ਕੇ ਦਿਓ ਤੁਸੀਂ 1 ਮਹੀਨੇ ਦੇ ਅੰਦਰ 2 ਮਹੀਨੇ ਦੇ ਅੰਦਰ ਤੁਸੀਂ ਜਿਹਦੀ ਵੀ ਸਰਕਾਰ ਬਣਦੀ ਹੈ ਚੰਡੀਗੜ੍ਹ ਸਾਨੂੰ ਟ੍ਰਾਂਸਫਰ ਜਾਂ ਚੰਡੀਗੜ੍ਹ ਸਾਨੂੰ ਦੇਣ ਵਾਸਤੇ ਪੁਰਜ਼ੋਰ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓਗੇ, ਔਰ ਇਸ ਤੋਂ ਬਾਅਦ ਹੀ ਕੋਈ ਹੋਰ ਦੂਜਾ ਮੁੱਦਾ ਉਠਾਓਗੇ। ਸਭ ਤੋਂ ਪਹਿਲਾ ਮੁੱਦਾ ਇਹੀ ਹੋਣਾ ਚਾਹੀਦਾ। ਨਹੀਂ ਇਹ ਕਹਿ ਸਕਦੇ ਨੇ ਪ੍ਰਧਾਨ ਮੰਤਰੀ ਸਾਹਿਬ, ਕਹਿ ਸਕਦੇ ਨੇ ਪੰਜਾਬ ਦੇ ਦੌਰੇ 'ਚ ਵੀ ਤੁਸੀਂ ਸਾਨੂੰ ਪੰਜਾਬ 'ਚ ਜਿਤਾ ਦਿਓ, ਅਸੀਂ ਚੰਡੀਗੜ੍ਹ ਤੁਹਾਨੂੰ ਦੇ ਦਾਂਗੇ। ਜੇ ਕਹਿ ਦੇਣ ਨਾ, ਜੇ ਇਹ ਗੱਲ ਪ੍ਰਧਾਨ ਮੰਤਰੀ ਕਹਿ ਦੇਣ ਨਾ, ਤੇ ਮੈਨੂੰ ਇਹ ਲੱਗਦਾ BJP ਦੀ ਕਾਫੀ ਸਾਰੀ ਸੀਟਾਂ ਆ ਸਕਦੀਆਂ। ਹੁਣ ਦੇਖੋ ਕਹਿੰਦੇ ਹੈ ਕਿ ਨਹੀਂ ਕਹਿੰਦੇ, ਇਹ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਪਤਾ ਨਾ ਕਿ ਪੰਜਾਬ ਦੇ ਮੁੱਦੇ ਦੇ ਵਿੱਚ 2 ਗੱਲਾਂ ਕਰ ਜਾਣਾ ਕਿ SYL ਦੇ ਮੁੱਦੇ ਦੇ ਉੱਤੇ ਪੰਜਾਬ ਦੇ ਪਾਣੀ ਦੇ ਉੱਤੇ ਪੰਜਾਬ ਦਾ ਹੀ ਹੱਕ ਹੈ, ਜੋ ਕਿ ਹੈ, ਕੋਈ ਉਹਦੇ ਵਿੱਚ ਗਲਤ ਗੱਲ ਵੀ ਨਹੀਂ। ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ, ਜੋ ਕਿ ਦਿੱਤਾ ਜਾਣਾ ਚਾਹੀਦਾ, ਔਰ ਅਗਰ ਇਹ 2 ਮੁੱਦੇ ਹੀ ਇੱਥੇ ਆ ਕੇ ਕਰ ਜਾਂਦੇ ਨੇ ਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ BJP ਦੀ ਬੱਲੇ ਬੱਲੇ ਹੋ ਜਾਏਗੀ, ਔਰ ਫਿਰ
ਸੀਟਾਂ ਦੇ ਫਰਕ ਨਹੀਂ ਜਿੰਨੀ ਵੀ ਆਉਣਗੀਆਂ, ਪਰ ਇਹ ਕਹਿੰਦੇ ਨਹੀਂ ਨਾ, ਕਿਉਂਕਿ ਇਹ ਮੁੱਦਾ ਹਰਿਆਣੇ ਦੇ ਵਿੱਚ ਵੀ ਹੈ। ਹਰਿਆਣੇ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਭਾਵੇਂ ਕਾਂਗਰਸ ਹੋਏ, ਭਾਵੇਂ ਆਮ ਆਦਮੀ ਪਾਰਟੀ ਹੋਏ ਜਾਂ ਫਿਰ ਬੀਜੇਪੀ ਹੋਏ, ਇਹਨਾਂ ਨੇ ਇਲੈਕਸ਼ਨ ਉੱਥੇ ਵੀ ਤੇ ਲੜਨੇ ਆ। ਜੇ ਇੱਥੋਂ ਜਿੱਤਦੇ ਨੇ ਤੇ ਉੱਥੋਂ ਹਾਰ ਜਾਂਦੇ ਨੇ। ਉੱਥੇ ਤੇ 10 ਦੀ 10 ਸੀਟਾਂ ਲੈ ਕੇ ਬੈਠੀ ਸੀ ਨਾ ਬੀਜੇਪੀ, ਅੱਜ ਉੱਥੇ ਵੀ ਜੱਦੋਜਹਿਦ ਕਰਨੀ ਪੈ ਰਹੀ ਹੈ। ਜੇ ਪੰਜਾਬ ਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਇੱਦਾਂ ਦਾ ਕੋਈ ਬਿਆਨ ਦੇ ਦਿੰਦੇ ਨੇ ਤੇ ਫਿਰ ਚੰਡੀਗੜ੍ਹ ਤੋਂ ਬਾਅਦ ਜਾਂ ਸ਼ੰਭੂ ਬਾਰਡਰ ਟੱਪਣ ਤੋਂ ਬਾਅਦ ਆਪਣੀ ਹਰਿਆਣੇ ਦੀ ਰੈਲੀ ਦੇ ਵਿੱਚ ਕੀ ਕਹਿਣਗੇ? ਹਾਂ, 25 ਤਰੀਕ ਤੋਂ ਬਾਅਦ ਜੇ ਪ੍ਰਧਾਨ ਮੰਤਰੀ ਇੱਥੇ ਆਉਂਦੇ ਨੇ ਨਾ ਤੇ ਸ਼ਾਇਦ ਕੋਈ ਇੱਦਾਂ ਦੀ ਗੱਲ ਕਰ ਜਾਣ, ਕਿਉਂਕਿ 25 ਤੱਕ ਹਰਿਆਣੇ ਦੇ ਇਲੈਕਸ਼ਨ ਮੁੱਕ ਜਾਣਗੇ, ਉਸ ਤੋਂ ਬਾਅਦ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਨਜ਼ਰ ਹੁੰਦੀ ਹੈ। ਇਹ ਤਰੀਕਾਂ ਦਾ ਹੇਰ ਫੇਰ ਦੇ ਹਿਸਾਬ ਨਾਲ ਲੱਗਦਾ ਵੀ ਹੈ ਕਿ ਸ਼ਾਇਦ ਇੱਦਾਂ ਦਾ ਕੋਈ ਬਿਆਨ ਦੇ ਵੀ ਦੇਣ ਪ੍ਰਧਾਨ ਮੰਤਰੀ। ਦੇਖੋ, ਅਸੀਂ ਬੜੇ ਭੋਲੇ ਹਾਂ ਪੰਜਾਬੀ ਭਾਸਕਰ ਸਾਹਿਬ, ਆਪਾਂ ਉਮੀਦ ਤਾਂ ਕਰਦੇ ਹਾਂ ਵੀ ਪ੍ਰਧਾਨ ਮੰਤਰੀ ਸਾਹਿਬ ਇਹੋ ਜਿਹੀ ਕੋਈ ਗੱਲ ਕਰ ਜਾਣ। ਰਾਹੁਲ ਗਾਂਧੀ ਕਹਿ ਜੇ ਵੀ ਜੇ ਇੰਡੀਆ ਗਠਜੋੜ ਦੀ ਸਰਕਾਰ ਆਈ ਚੰਡੀਗੜ੍ਹ ਪੰਜਾਬ ਨੂੰ ਦੇ ਦਾਂਗੇ, ਮੋਦੀ ਸਾਹਿਬ ਐਲਾਨ ਕਰ ਜਾਣ ਆਪਣੀਆਂ ਭਾਵਨਾਵਾਂ ਨੇ, ਪਰ ਮੋਦੀ ਸਾਹਿਬ ਨੇ ਵੀ ਨਹੀਂ ਕਰਨਾ, ਰਾਹੁਲ ਗਾਂਧੀ ਨੇ ਵੀ ਨਹੀਂ ਕਰਨਾ। ਕਿਉਂ? ਕਿਉਂਕਿ ਭਾਵੇਂ 25 ਨੂੰ ਦਿੱਲੀ ਦੀਆਂ ਵੋਟਾਂ ਪੈ ਜਾਣੀਆਂ, ਪੰਜਾਬ ਦੀਆਂ 1 ਜੂਨ ਨੂੰ ਹੈ, ਪਰ ਅਗਲੇ ਸਾਲ ਦਸੰਬਰ 'ਚ, ਇਸੇ ਸਾਲ ਦਸੰਬਰ 'ਚ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਖੜੀਆਂ ਨੇ। ਇਸ ਕਰਕੇ ਜਿਹੜੀ ਚੋਣਾਂ ਦੀ ਰਾਜਨੀਤੀ ਹੈ ਨਾ ਜੀ, ਉਹ ਚੰਡੀਗੜ੍ਹ ਨੂੰ ਘੁਣਾ ਦੀ ਤਰ੍ਹਾਂ ਲੱਗ ਗਈ। ਸੋ ਚੰਡੀਗੜ੍ਹ ਨੂੰ ਘੁਣੇ ਦੀ ਤਰ੍ਹਾਂ ਲੱਗ ਗਈ। ਸੋ ਮੈਨੂੰ ਮਨੀਸ਼ ਤਿਵਾੜੀ ਜੀ ਦੀ ਗੱਲ ਦੇ ਨਾਲ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਜਦੋਂ ਉੱਥੇ ਚੋਣ ਲੜ ਰਹੇ ਨੇ ਤੇ ਨਿਸ਼ਚਿਤ ਤੌਰ ਤੇ ਉਹ ਮੰਗ ਕਰਨਗੇ ਕਿ ਚੰਡੀਗੜ੍ਹ ਨੂੰ ਸਿਟੀ ਸਟੇਟ ਬਣਾਇਆ ਜਾਵੇ ਤਾਂ ਕਿ ਚੰਡੀਗੜ੍ਹ 'ਚ ਸਹੂਲਤਾਂ ਜ਼ਿਆਦਾ ਆਉਣ। ਬਾਕੀ ਜਦੋਂ ਕੇਂਦਰ ਦੀਆਂ ਸਰਕਾਰਾਂ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਹੋਇਆ ਤੇ ਫਿਰ ਉਹ ਸਿਟੀ ਸਟੇਟ ਵੀ ਪੰਜਾਬ 'ਚ ਦਿੱਤੀ ਜਾ ਸਕਦੀ ਹੈ। ਸਿਟੀ ਸਟੇਟ ਬਣ ਕੇ ਕਿਹੜਾ ਚੰਡੀਗੜ੍ਹ ਚੰਦਰਮਾ 'ਤੇ ਚਲਾ ਜਾਣਾ? ਭਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ। ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਸਾਡੇ ਨਾਲ ਆਪਣੀ ਰਾਏ ਸਾਂਝੀ ਕਰ ਸਕਦੇ ਹੋ, ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ। ਬਹੁਤ ਬਹੁਤ ਧੰਨਵਾਦ ਭਾਸਕਰ ਸਾਹਿਬ। ਧੰਨਵਾਦ ਜੀ।